ਹੈਲੋ ਫਰੈਂਡਸ ਵੈਲਕਮ ਟੂ ਰਾਜਮਲੋਤਰਾ ਐਸ ਅਕੈਡਮੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਅਸੀਂ ਕਿਹਾ ਸੀਗਾ ਕਿ ਅਸੀਂ ਕੁਐਸਚਨ ਡਿਸਕਸ ਕਰਾਂਗੇ ਪ੍ਰੀਵੀਅਸ ইয়ারਜ਼ ਦੇ ਠੀਕ ਹੈ ਜੀ ਅਸੀਂ ਐਨਾਲਿਸਿਸ ਪਹਿਲਾਂ ਵੀ ਕੀਤੀ ਆ ਕੁਝ ਕੁਐਸਚਨਾਂ ਦੀ ਜਿਵੇਂ ਇਕਨੋਮਿਕਸ এনवायरमेंट ਪੰਜਾਬ ਜੀਕੇ ਤੇ ਹਿਸਟਰੀ ਦੀ ਅੱਜ ਜਿਹੜੀ ਐਨਾਲਿਸਿਸ ਹੈਗੀ ਆ ਸਾਡੀ ਇਟ ਵਿਲ ਬੀ ਫੋਕਸਡ ਔਨ ਇਟ ਵਿਲ ਬੀ ਮੇਜਰਲੀ ਫੋਕਸਡ ਔਨ ਪੋਲੀਟੀ ਜਿਹੜਾ ਸਾਰਾ ਟੌਪਿਕ ਰਹੇਗਾ ਅੱਜ ਦਾ ਬੇਸਿਕਲੀ ਇਟ ਵਿਲ ਬੀ ਔਨ ਪੋਲੀਟੀ ਦੇਖੋ ਆਪਾਂ ਡਿਸਕਸ਼ਨ ਸਟਾਰਟ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਦੱਸਦਾ ਜਿਹੜੇ ਪੋਲੀਟੀ ਦੇ ਕੁਐਸਚਨਸ ਨੇ ਉਹ ਸਿੱਧੇ ਆਉਂਦੇ ਨੇ ਕੁਐਸਚਨ ਚ ਕੁਝ ਉਹ ਨਹੀਂ ਆਉਂਦਾ ਕਿ ਮਤਲਬ ਕੁਝ ਬਹੁਤ ਜ਼ਿਆਦਾ ਕਰੰਟ ਵੀ ਨਹੀਂ ਆਉਂਦਾ ਤੇ ਬਹੁਤ ਜ਼ਿਆਦਾ ਡਿਫਿਕਲਟ ਵੀ ਨਹੀਂ ਆਉਂਦੇ ਬਸ ਗੱਲ ਇੰਨੀ ਹੈ ਜੇਬ ਪੋਲੀਟੀ ਦੇ ਕੁਐਸਚਨਾਂ ਦੀ ਗੱਲ ਕਰੀਏ ਜੇ ਤੁਹਾਡੇ ਫੈਕਟਸ ਕਲੀਅਰ ਨੇ ਜੇ ਤੁਹਾਡਾ ਰੱਟਾ ਸਟਰੋਂਗ ਹੈ ਠੀਕ ਹੈ ਜੇ ਤੁਹਾਨੂੰ ਕਨਸੈਪਟ ਦੀ ਕਲੈਰਿਟੀ ਹੈ ਫਿਰ ਇਹ ਕੁਐਸਚਨ ਤੁਹਾਡੇ ਲਈ ਇੱਕ ਕੇਕਵੌਕ ਹੈ ਤੁਹਾਡੇ ਲਈ ਕੁਐਸਚਨਸ ਕੀ ਆਨੇ ਕੇਕਵੌਕ ਹੈ ਇਸ ਕਰਕੇ ਕਵੈਸ਼ਨਾਂ ਤੋਂ ਘਬਰਾਉਣਾ ਨਹੀਂ ਹੈਗਾ ਕਿ ਆਨਿਕੇ ਬਹੁਤ ਵੱਡੇ ਵੱਡੇ ਕਵੈਸ਼ਨ ਆ ਰਹੇ ਘਬਰਾ ਜਾਓ ਠੀਕ ਹੈ ਇਸ ਕਰਕੇ ਪੂਰੇ ਧਿਆਨ ਨਾਲ ਐਨਲਿਸਿਸ ਨੂੰ ਦੇਖੋ ਤੇ ਅੰਚ ਚੈੱਕ ਕਰੋ ਕਿ ਤੁਹਾਨੂੰ ਕਿੰਨਾ ਹੁੰਦਾ ਠੀਕ ਹੈ ਐਨਲਿਸਿਸ ਦਾ ਮਤਲਬ ਕੀ ਹੁੰਦਾ ਪ੍ਰੀਵੀਅਸ ইয়ার즈 ਦੀ ਜੇ ਅਸੀਂ ਗੱਲ ਕਰਦੇ ਆ ਬੇਸਿਕਲੀ ਇੱਕ ਬੇਸਿਕ ਆਈਡੀਆ ਦੇਖਣਾ ਕਿ ਪਿਛਲੇ ਸਾਲ ਪੇਪਰਾਂ ਚ ਕਵੈਸ਼ਨ ਕਿਹਜੇ ਪੁੱਛੇ ਗਏ ਨੇ ਟੂ ਜਸਟ ਗੈਟ ਟੂ ਗੈਟ ਟੂ ਗੈਟ ਐਨ ਆਈਡੀਆ ਕਲੀਅਰ ਹੈ ਜੀ ਤਾਂ ਸਟਾਰਟ ਕਰਦੇ ਆ ਅੱਜ ਦੇ ਐਨਲਿਸਿਸ ਕਰਦੇ ਆ ਸਭ ਤੋਂ ਪਹਿਲਾਂ 2013 ਦੇ ਪੇਪਰ दो हजार तेरह च किस चीज़ के पॉलिटी के क्वेश्चन तो पूछे गए हैं उस चीज़ के अनालिसिस स्टार्ट करते हैं क्लीयर है जी सब तो पहला क्वेश्चन कावेरी रिवर वाटर डिस्प्यूट इन कावेरी रिवर वाटर डिस्प्यूट द डिटरमीनेशन ऑफ द शेयर ऑफ वॉटर ऑफ रिवर कावेरी इज रिगार्डिंग विच ऑफ द फॉलोइंग स्टेट्स यूनियन टैरेटरी देखो जिन्हें भी इंटर स्टेट साइ वॉटर डिस्प्यूट होंगे ने ठीक है इट इज़ डेल्ट अंडर आर्टिकल टू सिक्सटी टू ਇਦੇ ਅੰਦਰ ਡਿਸਕਸ ਹੁੰਦੇ ਨੇ ਆਰਟੀਕਲ 262 ਦੇ ਅੰਦਰ ਕੁਐਸ਼ਨ ਬਹੁਤ ਸਿੰਪਲ ਹੈ ਪੁੱਛ ਰਿਹਾ ਕਿ ਕਵੇਰੀ ਵਾਟਰ ਡਿਸਪਿਊਟ ਜਿਹੜਾ ਹੈਗਾ ਉਹ ਕਿਹੜੀ ਕਿਹੜੀ ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਨੂੰ ਇਨਵੋਲਵ ਕਰਦਾ ਹੈ ਸਿੱਧਾ ਬੇਸਿਕ ਕੁਐਸ਼ਨ ਹੈ ਇਸ 'ਚ ਕੋਈ ਮੱਥਾ ਮਾਰਨ ਦੀ ਲੋੜ ਨਹੀਂ ਹੈਗੀ ਜੇ ਤੁਹਾਨੂੰ ਪਤਾ ਹੈ ਕਿ ਰਿਵਰ ਵਾਟਰ ਡਿਸਪਿਊਟ ਕਵੇਰੀ ਦਾ ਕਿਹੜੀ ਕਿਹੜੀ ਸਟੇਟਸ ਨੂੰ ਇਨਵੋਲਵ ਕਰਦਾ ਹੈਗਾ ਕਲੀਅਰ ਹੈ ਜੀ ਤਾਂ ਇਟ ਇਨਵੋਲਸ ਪਹਿਲੀ ਆਪਸ਼ਨ ਹੈ ਕੇਰਲਾ ਯੈਸ ਪੁੱਡੂਚਰੀ ਯੈਸ ਕਰਨਾਟਕਾ ਯੈਸ ਤੇ ਇਹ ਤਿੰਨ ਤਾਂ ਠੀਕ ਸੀਗੇ ਪਰ ਜਿਹੜਾ ਆਂਧਰਾ ਪ੍ਰਦੇਸ਼ ਹੈ ਇਹ ਗਲਤ ਹੈ ਇੱਥੇ ਕਿ ਆਣਾ ਚਾਹੀਦਾ ਹੈ ਤਾਮਿਲਨਾਡੂ ਇੱਥੇ ਕਿ ਆਣਾ ਚਾਹੀਦਾ ਸੀ ਤਾਮਿਲਨਾਡੂ ਬਟ ਇੱਥੇ ਤਾਮਿਲਨਾਡੂ ਨਹੀਂ ਹੈ ਇੱਥੇ ਕੀ ਆ ਹੈ ਪੁੱਡੂਚੇਰੀ ਇੱਥੇ ਸੌਰੀ ਕੀ ਆ ਹੈ ਆਂਧਰਾ ਪ੍ਰਦੇਸ਼ ਹੈ ਜਿਸ ਕਰਕੇ ਇਹ ਸਾਡੀ ਫੋਰਥ ਸਟੇਟਮੈਂਟ ਕੀ ਹੋ ਜਾਂਦੀ ਹੈ ਗਲਤ ਤੇ ਕੁਐਸਚਨ ਕੀ ਹੈ ਵਿਚ ਆਫ ਦਾ ਫੋਲੋਇੰਗ ਇਜ਼ অর ਆਰ ਕਰੈਕਟ ਤੇ ਕਰੈਕਟ ਕਿਹੜੇ ਹੋਗੇ 1 2 ਐਂਡ 3 ਕਲੀਅਰ ਹੈ ਜੀ ਗੱਲ ਤੇ ਕੁਐਸਚਨ ਦੀ ਜੇ ਮੈਂ ਗੱਲ ਕਰਾਂ ਇਟ ਇਜ਼ ਬੇਸਿਕਲੀ ਵਾਟ ਫੈਕਚੁਅਲ ਕੁਐਸਚਨ ਕਿਸ ਤੋਂ ਆਇਆ ਫੈਕਚੁਅਲ ਕੁਐਸਚਨ ਹੈ ਤੇ ਸਾਡੇ ਕਿਹੜੇ ਟੌਪਿਕ ਦਾ ਪਾਰਟ ਹੈ ਕਨਸਟੀਟਿਊਸ਼ਨ ਦੇ ਇੰਟਰ ਸਟੇਟ ਰ किस टॉपिक तो आया है इंटर स्टेट रिलेशन जिसके अंदर इंटर स्टेट इंटरटेट डिस्प्यूट ट्रिब्यूनल बनाए जाते हैं क्लियर है जी एनी गल ठीक है जी एना क्वेश्चन समझ आ गया कि फैक्चुअल क्वेश्चन बहुत सौखा क्वेश्चन थोड़े फैक्ट्स क्लीयर ने दैन इट इज एन ईजी क्वेश्चन टू अटैप क्लीयर नैक्सट क्वेश्चन द नाइनटी एंसटीट्यूशनल अमेंडमेंट टू थाउजेंड ट्वेल्व हैज एडिड अ न्यू आर्टिकल थ्री सैवन जे इन द कॉन्सिट्यूशन it relates to creating special provisions regarding which of the following regions ek cheez yaad rakh lena appa je pcs de questions di gall kariye they always ask questions on amendments har saal koi na koi question amendments de related zarur aaya hai hun ae appa jo analysis 15 te 18 de paperan di karange thonu ek gall da pura pata chal jayega ki amendments related question zarur puchde ne kyunki 2013 da paper hai te 2012 de vich obviously ek kya reha hoyega current ch reha hoyega क्या रह आएगा एक करंट च रहेगा क्योंकि लेटेस्ट अमेंडमेंट आई थी उस टाइम च दैट वाज 98th कॉन्स्टिट्यूशनल अमेंडमेंट सिंपल द क्वेश्चन है कि किस दे रिलेटेड है क्योंकि नया आर्टिकल इंसर्ट हो गया केटा 371 जी इसका सीधा आंसर की है कर्नाटक हैदराबाद क्या है कर्नाटक ते हैदराबाद एक चीज याद रखना जब अपन इस क्वेश्चन दी गल कर रहे हैं 370 हुन त रिपील हो चुका है ते 371 इस दे विच स्पेशल प्रोविजना दीतियां गईयां सी क्या दीतियां गईयां सी कुछ स्पेशल प्रोविजना दीतियां गईयां सी कुछ स्टेट्स नो ਉਨ੍ਹਾਂ ਵਿੱਚੋਂ ਇੱਕ ਸਪੈਸ਼ਲ ਪ੍ਰੋਵੀਜ਼ਨ ਦਿੱਤੀ ਗਈ ਹੈ 377 ਜੇ ਦੇ ਅੰਦਰ ਫਾਰ ਕਰਨਾਟਕਾ ਐਂਡ ਹਾਈਦਰਾਬਾਦ ਰੀਜਨ ਕਲੀਅਰ ਹੈ ਜੀ ਨੀਗਲ ਤਾਂ ਇਹ ਕੁਐਸਚਨ ਜੇ ਮੈਂ ਗੱਲ ਕਰਾਂ ਫੈਕਚੁਅਲ ਵੀ ਹੈ ਨਾਲੇ ਕਰੰਟ ਵੀ ਹੈ ਫੈਕਚੁਅਲ ਪਲੱਸ ਕਰੰਟ ਕਿਉਂ ਕਹਿ ਰਿਹਾ ਮੈਂ ਹੁਣ ਐਫੈਕਟ ਬਣ ਚੁੱਕਿਆ ਸਾਡੇ ਲਈ ਹੁਣ ਜੇ ਪੇਪਰ 'ਚ ਕੁਐਸਚਨ ਆਉਂਦਾ ਸਾਡੇ ਲਈ ਫੈਕਟ ਹੈ ਕਿਉਂਕਿ ਐਮੈਂਡਮੈਂਟ ਹੋ ਚੁੱਕੀ ਹੈ 8 ਸਾਲ ਹੋ ਚੁੱਕੇ ਨੇ ਬਟ ਉਸ ਟਾਈਮ ਦੇ ਕੰਟੈਕਸਟ 'ਚ ਕਿਹੜਾ ਕੁਐਸਚਨ ਸੀ ਇਹ ਕਰੰਟ ਦਾ ਕੁਐਸਚਨ ਸੀ ਕਲੀਅਰ ਹੈ ਜੀ ਨੈਕਸਟ ਕੁਐਸਚਨ ਵਿਚ ਆਫ द ਫੋਲੋਇੰਗ ਸਟੇਟਸ ਜੁਆਇੰਡ ਦਾ ਇੰਡੀਅਨ ਯੂਨੀਅਨ ਧਿਆਨ ਨਾਲ ਸੁਣਿਓ ਵਿਚ ਆਫ ਦਾ ਫੋਲੋਇੰਗ ਸਟੇਟਸ ਜੁਆਇੰਡ ਦਾ ਇੰਡੀਅਨ ਯੂਨੀਅਨ ਆਫਟਰ ਦਾ ਕੰਡਕਟ ਆਫ ਸਪੈਸ਼ਲ ਓਪੀਨੀਅਨ ਪੋਲ ਇਨ 1975 ਕਹਿੰਦੇ ਕਿ ਸਪੈਸ਼ਲ ਓਪੀਨੀਅਨ ਪੋਲ ਹੋਇਆ 1975 ਦੇ ਵਿੱਚ ਜਿਹਨੂੰ ਆਪਾਂ ਮਤ ਚੋਣ ਵੀ ਕਹਿ ਦਿੰਦੇ ਆ ਤੇ ਇਹਦਾ ਆਪਾਂ ਕਹਿ ਦਿੰਦੇ ਆ ਇਹਨੂੰ ਨਾਮ ਰੀਫਰੈਂਡਮ ਕੀ ਕਹਿ ਦਿੰਦੇ ਆ ਰੀਫਰੈਂਡਮ ਕਿਹੜੀ ਸਟੇਟ ਨੇ ਸਾਨੂੰ ਜੁਆਇਨ ਕੀਤਾ 1975 ਦੇ ਵਿੱਚ ਤੇ ਇਹਦਾ ਸਿੱਧਾ ਆਨਸਰ ਹੈ ਡੀ ਆਪਸ਼ਨ ਥੈਟ ਇਜ਼ ਸਿੱਕਮ ਜਾ ਆਨਸਰ ਹੈ ਜੀ ਡੀ ਆਪਸ਼ਨ ਹੈ दैट इज ਸਿੱਕਮ ਇਟ ਵਾਸ ਆਫਟਰ 36th ਕਨਸਟੀਟਿਊਸ਼ਨਲ ਐਮੈਂਡਮੈਂਟ 1975 ਕਿ ਜਦ ਸਿੱਕਮ ਕਿਦੇ ਵਿੱਚ ਇਨਕਲੂਡ ਹੋ ਗਿਆ ਸੀਗਾ ਇੰਡੀਆ ਦੇ ਵਿੱਚ ਆਫਟਰ ਉੱਥੇ ਇੱਕ ਰਿਫਰੈਂਡਮ ਕਰਵਾਇਆ ਗਿਆ ਸੀ ਕਲੀਅਰ ਹੈ ਜੀ ਇੰਨੀ ਗੱਲ ਤੇ ਕੁਐਸਚਨ ਕੀ ਹੈ ਫੈਕਚੁਅਲ ਕੁਐਸਚਨ ਹੈ ਤੇ ਸਿੱਖ ਦਾ ਕੁਐਸਚਨ ਹੈ ਸਿੰਪਲ ਕੁਐਸ਼ਨ ਹੈ ਫੈਕਚੁਅਲ ਕੁਐਸ਼ਨ ਹੈ ਜੇ ਤੁਸੀਂ ਪੜ੍ਹ ਰੱਖਿਆ ਕਿ ਸਿੱਕੀ ਨੇ ਕਦ ਜੋਇਨ ਕੀਤਾ ਸੀ ਇੰਡੀਆ 1975 ਚ ਤੁਹਾਨੂੰ ਅਮੈਂਡਮੈਂਟ ਯਾਦ ਰੱਖਣ ਦੀ ਵੀ ਲੋੜ ਨਹੀਂ ਹੈ ਤੁਹਾਨੂੰ ਜੇ ਪਤਾ ਹੈ ਕਿ 1975 ਚ ਸਿੱਕੀ ਮੇਜਿਸਟੇਟ ਸੀ ਜਿਨੇ ਇੰਡੀਅਨ ਯੂਨੀਅਨ ਨੂੰ ਜੋਇਨ ਕੀਤਾ ਸੀ ਕਲੀਅਰ ਹੈ ਜੀ ਨੈਕਸਟ ਕੁਐਸ਼ਨ ਕੰਸੀਡਰ ਦਾ ਫਾਲੋਇੰਗ ਸਟੇਟਮੈਂਟਸ ਰਿਗਾਰਡਿੰਗ ਲੈਪਸਿੰਗ ਆਫ ਬਿਲਸ ਇਨ ਦਾ ਪਾਰਲੀਮੈਂਟ ਕੰਸੀਡਰ ਦਾ ਫਾਲੋਇੰਗ ਸਟੇਟਮੈਂਟਸ ਰਿਗਾਰਡਿੰਗ ਲੈਪਸਿੰਗ ਆਫ ਬਿਲਸ ਇਨ ਦਾ ਪਾਰਲੀਮੈਂਟ ਇੱਕ ਚੀਜ਼ ਮੈਂ ਕਹੀ ਸੀ ਪਹਿਲਾਂ ਕਿ ਅਮੈਂਡਮੈਂਟ ਦੇ ਰਿਲੇਟ ਪਾਰਲੀਮੈਂਟ ਦੇ ਰਿਲੇਟਿਡ ਕੁਐਸਚਨ ਬਹੁਤ ਆਉਂਦੇ ਨੇ ਤੇ ਦੋ ਜਿਹੜੇ ਟਾਪਿਕ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਗਰ ਆਪਾਂ ਯੂ ਪੀ ਪੀਐਸਸੀ ਦੇ ਪੇਪਰਾਂ ਦੀ ਗੱਲ ਕਰ ਰਹੇ ਹਾਂ ਸਪੈਸ਼ਲੀ ਪੀਸੀਐਸ ਦੇ ਇਗਜ਼ਾਮ ਦੀ ਠੀਕ ਹੈ ਜੀ ਕੁਐਸਚਨ ਕੀ ਹੈ ਅ ਬਿਲ ਪੈਂਡਿੰਗ ਇਨ ਦਾ ਪਾਰਲੀਮੈਂਟ ਲੈਪਸਿਸ ਬਾਏ ਦਾ ਰੀਜ਼ਨ ਆਫ ਪ੍ਰੋਰੋਗੇਸ਼ਨ ਆਫ ਦਾ ਹਾਊਸ ਸੈਕੰਡ ਅ ਬਿਲ ਪੈਂਡਿੰਗ ਇਨ ਦਾ ਰਾਜ ਸਭਾ ਬਟ ਨਾਟ ਪਾਸਡ ਬਾਏ ਲੋਕ ਸਭਾ ਲੈਪਸਿਸ ਵੈਨ ਲੋਕ ਸਭਾ ਡਿਸੋਲਵ ਕਹ ਰਿਹਾ ਕਿ ਜਿਹੜੇ ਬਿੱਲ ਪੈਂਡਿੰਗ ਜਿਹੜੇ ਵੀ ਪੈਂਡਿੰਗ ਹੁੰਦੇ ਨੇ ਪਹਿਲੀ ਸਟੇਟਮੈਂਟ ਕਹ ਰਹੀ ਹੈ ਕਿ ਜਦ ਹਾਊਸ ਨੂੰ ਪ੍ਰੋਰੋਗ ਕਰ ਦਿੱਤਾ ਜਾਂਦਾ ਹੈ ਇਹ ਪ੍ਰੋਰੋਗੇਸ਼ਨ ਕੌਣ ਕਰਦਾ ਹੈ ਪ੍ਰੈਜ਼ੀਡੈਂਟ ਕਰਦਾ ਹੈ ਕਹਿੰਦੇ ਅਗਰ ਪ੍ਰੈਜ਼ੀਡੈਂਟ ਨੇ ਹਾਊਸ ਨੂੰ ਪ੍ਰੋਰੋਗ ਕਰਤਾ ਉਸ ਤੋਂ ਬਾਅਦ ਜਿਹੜਾ ਵੀ ਬਿੱਲ ਹੈ ਪੈਂਡਿੰਗ ਇਨ ਦਾ ਪਾਰਲੀਮੈਂਟ ਉਹ ਲੈਪਸ ਕਰ ਜਾਂਦਾ ਨਹੀਂ ਉਹ ਲੈਪਸ ਨਹੀਂ ਕਰਦਾ ਇਹ ਸਟੇਟਮੈਂਟ ਕਿਹਾ ਹੋਗੀ ਗਲਤ ਇਹ ਸਟੇਟਮੈਂਟ ਕਿਹਾ ਹੋਗੀ ਗਲਤ ਦੂਜਾ ਕੀ ਹੈ ਅ ਬਿੱਲ ਪੈਂਡਿੰਗ ਇਨ ਰਾਜ ਸਭਾ ਬਟ ਨਾਟ ਪਾਸਡ ਬਾਈ ਲੋਕ ਸਭਾ ਲੈਪਸਿਸ ਵੈਨ ਲੋਕ ਸਭਾ ਡਿਸਾਲਵਸ ਇਹਦਾ ਮਤਲਬ ਕੀ ਹੈ ਬਿੱਲ ਤਾਂ ਲੋਕ ਸਭ ਤੇ ਉਹ ਬਿਲ ਲੈਪਸ ਕਿਵੇਂ ਕਰ ਸਕਦਾ ਹੈ ਠੀਕ ਹੈ ਕਿਉਂਕਿ ਉਸ ਤੇ ਤਾਂ ਇੰਟਰੋਡਿਊਸ ਹੋਇਆ ਨਹੀਂ ਉੱਥੇ ਤਾਂ ਉਹਦੀ ਚਰਚਾ ਹੋਈ ਨਹੀਂ ਹੈਗੀ ਜਿੱਤੇ ਕਰਕੇ ਇਹ ਸਟੇਟਮੈਂਟ ਵੀ ਕਿਆ ਹੈ ਗਲਤ ਸਹੀ ਆਨਸਰ ਕਿਆ ਹੈ ਕੁਐਸਚਨ ਚ ਪੁੱਛਿਆ ਕਿਆ ਗਿਆ ਵਿਚ ਆਫ ਦਾ ਫੋਲੋਇੰਗ ਆਰ ਕਰੈਕਟ ਥੈਟ ਇਜ਼ ਨੀਦਰ 1 ਨੌਰ 2 ਕਿਆ ਆਨਸਰ ਹੈ ਨੀਦਰ 1 ਨੌਰ 2 ਸਿੱਧਾ ਫੈਕਚੁਅਲ ਕੁਐਸਚਨ ਸੀਗਾ ਜੇ ਤੁਹਾਨੂੰ ਪਤਾ ਹੈ ਬਿਲਜ਼ ਦੇ ਬਾਰੇ ਕਿ ਹਾਊ ਦੇ ਆਰ ਲੈਪਸ ਦੈਨ ਯੂ ਕੈਨ ਈਜ਼ਲੀ ਅਟੈਂਪਟ ਥਿਸ ਕੁਐਸਚਨ ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਪਲੇਸਿਸ ਡਸ ਨਾਟ ਫੇਲ ਫਾਲ ਸੌਰੀ ਇੱਥੇ ਫਾਲ ਆਣਾ ਸੀਗਾ ਫੇਲ ਲਿਖਿਆ ਹੋਇਆ ਇੱਕ ਚੀਜ਼ ਯਾਦ ਰੱਖਣਾ ਪੇਪਰ ਦੇ ਵਿੱਚ ਇਹ ਚੀਜ਼ ਜ਼ਰੂਰ ਦੇਖਣਾ ਕਿਤੇ ਨੋਟ ਤਾਂ ਨਹੀਂ ਲਾਇਆ ਕਿਸੇ ਕੁਐਸਚਨ ਦੇ ਨਾਲ ਇਹ ਬੱਚੇ ਗਲਤ ਕਰ ਦਿੰਦੇ ਨੇ ਅਕਸਰ ਜਦ ਵੀ ਪੇਪਰ ਤੁਸੀਂ ਦੇਖ ਰਹੇ ਹੋ ਇਹ ਚੀਜ਼ਾਂ ਨੂੰ ਕਾਲੀ ਚ ਨਾ ਕਰਿਓ ਪੇਪਰ ਕਦੇ ਵੀ ਸੋਲਵ ਇਹ ਚੀਜ਼ ਨੋਟਿਸ ਕਰ ਲਿਓ ਕਿ ਉੱਥੇ ਨੋਟ ਤਾਂ ਨਹੀਂ ਲਾਇਆ ਕਿਸੇ ਕੁਐਸਚਨ ਦੇ ਨਾਲ ਅਗਰ ਨੋਟ ਲਾਇਆ ਹੈ ਤਾਂ ਉਹ ਕੁਐਸਚਨ ਫਿਰ ਦੂਜੇ ਤਰੀਕੇ ਨਾਲ ਆਨਸਰ ਹੋਊਗਾ ਠੀਕ ਹੈ ਜੀ ਕੁਐਸਚਨ ਕੀ ਹੈ ਡਸ ਨਾਟ ਫਾਲ ਅੰਡਰ ਦਾ ਟੈਰੀਟੋਰੀਅਲ ਇਸਟੈਬਲਿਸ਼ਮੈਂਟ ਜੂਰਿਸਡਿਕਸ਼ਨ ਆਫ ਬੰਬੇ ਹਾਈ ਕੋਰ बॉम्बे हाई कोर्ट दी जुर Jurisdiction ਦੇ ਅੰਡਰ ਫਾਲ ਨਹੀਂ ਕਰਦਾ অপশন ਕਿਹਨੇ ਦਮਨੈਂਟ ਦਿਉ ਦਾਦਰਨ ਨਗਰ ਅਵੇਲੀ ਗੋਆ ਐਂਡ ਲਕਸ਼ਦੀਪ ਅ ਪਹਿਲੇ ਤਿੰਨ ਕਰਦੇ ਨੇ ਜੀ बॉम्बे ਜੁਰ Jurisdiction ਦੇ ਅੰਡਰ ਲਕਸ਼ਦੀਪ ਨਹੀਂ ਕਰਦਾ ਇਹ ਕਿਦੇ ਅੰਦਰ ਆਉਂਦਾ ਕੇਰਲ ਹਾਈ ਕੋਰਟ ਦੇ ਅੰਡਰ ਆਉਂਦਾ ਹੈ ਜਿਹਦੇ ਕਰਕੇ ਇਹ অপশন ਕਿਹਾ ਹੈ ਗਲਤ ਕੁਸ਼ਨ ਪੁੱਛਿਆ ਗਿਆ ਹੈ ਕਿਹੜਾ ਫਾਲ ਨਹੀਂ ਕਰਦਾ ਕਿਹੜਾ ਫਾਲ ਨਹੀਂ ਕਰਦਾ ਲਕਸ਼ਦੀਪ ਫਾਲ ਨਹੀਂ ਕਰਦਾ दैट इज सी ऑप्शन ओनली 4 ਕਿਆ ਆਨਸਰ ਹੋ ਜਾਂਦਾ ਹੈ ਦਾ ਸੀ অপশন दैट इज ओनली ਕਲੀਅਰ ਹੈ ਜੀ ਇਹਨੀ ਗੱਲ ਚਲੋ ਜੀ ਨੈਕਸਟ ਕੁਐਸਚਨ ਕਨਸੀਡਰ ਦਾ ਫਾਲੋਇੰਗ ਸਟੇਟਮੈਂਟਸ ਰਿਗਾਰਡਿੰਗ ਅ ਟਰਨੀ ਜਨਰਲ ਆਫ ਇੰਡੀਆ ਕਨਸੀਡਰ ਦਾ ਫਾਲੋਇੰਗ ਸਟੇਟਮੈਂਟਸ ਰਿਗਾਰਡਿੰਗ ਅ ਟਰਨੀ ਜਨਰਲ ਆਫ ਇੰਡੀਆ ਟਰਨੀ ਜਨਰਲ ਹੈ ਉਹਦੇ ਰਿਲੇਟਡ ਕੁ ਸਟੇਟਮੈਂਟਸ ਨੇ ਸਾਨੂੰ ਦੱਸਣਾ ਹੈ ਕਿਹੜੀ ਕੁਐਸਚਨ ਚ ਕਿਹਾ ਹੈ ਵਿਚ ਆਫ ਦਾ ਫਾਲੋਇੰਗ ਆਰ ਕਰੈਕਟ ਠੀਕ ਹੈ ਜੀ ਜੇ ਤੁਹਾਨੂੰ ਟਰਨੀ ਜਨਰਲ ਦਾ ਕਨਸੈਪਟ ਪਤਾ ਹੈ ਸਾਰਾ ਇੱਕ ਇੱਕ ਚੀਜ਼ ਪਤਾ ਹੈ ਕਿ ਉਹਦੇ ਕਿਆ ਕਿਆ ਕੰਮ ਹੁੰਦੇ ਨੇ ਉਹਨੂੰ ਅਪਾਇੰਟ ਕੌਣ ਕਰਦਾ ਹੈ ਉਹਨੂੰ ਰਿਮੂਵ ਕਿਵੇਂ ਕੀਤਾ ਜਾ ਸਕਦਾ ਹੈ ਫਿਰ ਇਹ ਕੁ ਠੀਕ ਹੈ ਇਸ ਕਰਕੇ ਕਹਿੰਦੇ ਆ ਪੋਲਿਟੀ ਚ ਨਾ ਕਦੇ ਇੱਕ ਚੀਜ਼ ਨਹੀਂ ਪਤਾ ਹੋਣੀ ਚਾਹੀਦੀ ਕਿਸੇ ਚੀਜ਼ ਬਾਰੇ ਜਦ ਤੁਸੀਂ ਐਨਾਲਿਸਿਸ ਕਰ ਰਹੇ ਹੋ ਕਿਸੇ ਵੀ ਚੀਜ਼ ਤੁਸੀਂ ਸੁਪਰੀਮ ਕੋਰਟ ਚੱਕ ਲਿਆ ਤੁਸੀਂ ਹਾਈ ਕੋਰਟ ਚੱਕ ਲਿਆ ਪਾਰਲੀਮੈਂਟ ਚੱਕ ਲਿਆ ਉਹਦੀ ਪੂਰੀ ਜੜਾਂ ਚ ਪਹੁੰਚ ਜਾਓ ਤਾਂ ਕਿ ਤੁਸੀਂ ਉਸ ਦੇ ਬਾਰੇ ਪੂਰੀ ਇੰਨੀ ਡਿਟੇਲਡ ਉਹਦਾ ਪੋਸਟਮਾਰਟਮ ਕਰ ਦੋ ਕਿ ਕੋਈ ਵੀ ਕੁਐਸਚਨ ਆ ਜੇ ਤੁਹਾਡੇ ਤੋਂ ਗਲਤ ਨਾ ਹੋਵੇ ਪੇਪਰ 'ਚ ਠੀਕ ਹੈ ਜੀ ਕੁਐਸਚਨ ਦੇਖੋ ਹੀ ਇਸ ਅਪੌਇੰਟਡ ਬਾਏ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਬਿਲਕੁਲ ਕਰੈਕਟ ਹੈ ਜੀ ਉਹ ਹੀ ਇਸ ਅਪੌਇੰਟਡ ਬਾਏ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਸੈਕੰਡ

ਉਹ ਪਲੇਜ਼ਰ ਤੇ ਹੁੰਦਾ ਹੈ ਪ੍ਰੈਜ਼ੀਡੈਂਟ ਦੇ ਜਦੋਂ ਚਾਹੇ ਉਹਨੂੰ ਰਿਮੂਵ ਵੀ ਕਰ ਸਕਦਾ ਹੈਗਾ ਤੇ ਕਨਸਟੀਟਿਊਸ਼ਨ ਚ ਕੋਈ ਪ੍ਰੋਸੈਸ ਨਹੀਂ ਮੈਂਸ਼ਨਡ ਕਿ ਉਹਨੂੰ ਇੰਪੀਚ ਕਿਵੇਂ ਕੀਤਾ ਜਾਏਗਾ ਜਿਸ ਕਰਕੇ ਇਹ ਸਟੇਟਮੈਂਟ ਕਿਹਾ ਜਾਂਦੀ ਹੈ ਸਾਡੀ ਗਲਤ ਹੀ ਹੈਜ਼ ਅ ਰਾਈਟ ਆਫ ਆਡੀਅנס ਇਨ 올 ਕੋਰਟਸ ਇਨ ਦਾ ਟੈਰੀਟਰੀ ਆਫ ਇੰਡੀਆ ਇਹ ਸਟੇਟਮੈਂਟ ਕਿਹਾ ਜਾਂਦੀ ਹੈ கரੈਕਟ ਤੇ கரੈਕਟ ਕਿਹੜੀ-ਕਿਹੜੀ ਹੈ 1 3 ਐਂਡ 5 ਕਿਹੜੀ-ਕਿਹੜੀ கரੈਕਟ ਹੈ 1 3 ਐਂਡ 5 ਆਪਸ਼ਨ ਕਿਹੜਾ ਹੈ ਡੀ ਆਪਸ਼ਨ ਕੀ ਹੋ ਗਿਆ ਡੀ ਦੇਖੋ ਇਹ ਤੁਹਾਨੂੰ ਅਰਨੀ ਜਨਨ ਦਾ ਸਾਰਾ ਕਨਸੈਪਟ ਪਤਾ ਸੀਗਾ ਇੱਕ ਇੱਕ ਪੁਆਇੰਟ ਪਤਾ ਸੀ ਤੇ ਕੁਐਸਚਨ ਕੀ ਹੋ ਗਿਆ ਬਿਲਕੁਲ ਫੈਕਚੁਅਲ ਪਲੱਸ ਈਜ਼ੀ ਕੁਐਸਚਨ ਕੀ ਹੋ ਗਿਆ ਫੈਕਚੁਅਲ ਪਲੱਸ ਈਜ਼ੀ ਕੁਐਸਚਨ ਕਲੀਅਰ ਹੈ ਜੀ ਗੱਲ ਨੈਕਸਟ ਕੁਐਸਚਨ ਕਨਸੀਡਰ ਦਾ ਫਾਲੋਇੰਗ ਸਟੇਟਮੈਂਟਸ ਕੁਐਸਚਨ ਥੋੜੇ ਦੇਖਣ ਨੂੰ ਵੱਡੇ ਲੱਗ ਰਹੇ ਨੇ ਹਣਾ ਕਿ ਇੰਨੀ ਵੱਡੀ ਸਟੇਟਮੈਂਟ ਪੁੱਛ ਲਈ ਪਰ ਕੁਐਸਚਨ ਹੈ ਸੌਖੇ ਇੰਨੀ ਗੱਲ ਯਾਦ ਰੱਖਿਓ ਹੁਣ ਕੁਐਸਚਨ ਆ ਗਿਆ ਪ੍ਰੈਜ਼ੀਡੈਂਟ ਦੀ ਵਿਟੋ ਪਾਵਰ ਨੂੰ ਲੈ ਕੇ ਕਿਨੂੰ ਲੈ ਕੇ ਆ ਰਿਹਾ ਪ੍ਰੈਜ਼ੀਡੈਂਟ ਦੀ ਵਿਟੋ ਪਾਵਰ ਨੂੰ ਲੈ ਕੇ

ਪਾਰਲੀਮੈਂਟ ਵੱਲੋਂ ਉਹ ਨੂੰ ਕਿਹਦੇ ਕੋਲ ਆਇਆ ਪ੍ਰੈਜ਼ੀਡੈਂਟ ਕੋਲ ਆਇਆ ਪਰ ਪ੍ਰੈਜ਼ੀਡੈਂਟ ਨੇ ਵਿਟੋ ਪਾਵਰ ਯੂਜ਼ ਕਰਕੇ ਫਿਰ ਤੋਂ ਰੀਕਨਸਿਡਰੇਸ਼ਨ ਵਾਸਤੇ ਭੇਜਤਾ ਕਿਹਨੂੰ ਵਾਪਸ ਭੇਜਤਾ ਪਾਰਲੀਮੈਂਟ ਨੂੰ ਬੜਾ ਅਗਰ ਪਾਰਲੀਮੈਂਟ ਫਿਰ ਤੋਂ ਬਿਲ ਵਾਪਸ ਉਸ ਐਂਡ ਪਾਸ ਕਰਕੇ ਸੈਂਡ ਕਰ ਦਿੰਦੀ ਹੈ ਉਸ ਟਾਈਮ ਤੇ ਪ੍ਰੈਜ਼ੀਡੈਂਟ ਨੂੰ ਐਸੈਂਟ ਦੇਣਾ ਹੀ ਪੈਂਦਾ ਹੈ ਉਸ ਟਾਈਮ ਤੋਂ ਆਪਣੀ ਫਿਰ ਵਿਟੋ ਦੁਆਰਾ ਯੂਜ਼ ਨਹੀਂ ਕਰਦਾ ਜਦੋਂ ਇਹਨੇ ਇੱਕ ਵਾਰ ਯੂਜ਼ ਕਰ ਲਈ ਹੈ ਦੈਟ ਇਜ਼ ਸਸਪੈਂਸਿਵ ਵਿਟੋ ਦੈਟ ਇਜ਼ ਵਾਟ ਸਸਪੈਂਸਿਵ ਵਿਟੋ ਇਸ ਕਰਕੇ ਜਿਹੜੀ ਇਹ ਸਟੇਟਮੈਂਟ ਕਿਹਾ ਹੈ ਬਿਲਕੁਲ ਕਰੈਕਟ ਸੈਕੰਡ ਸਟੇਟਮ देर इज नो मैनशन इन द कॉन्सटीट्यूशन अबाउट द टाइम लिमिट इस क्या बोलिया गया कोई भी टाइम लिमिट द कोई भी मैनशन नहीं है वैद विद इन विच द प्रेजिडेंट मस सेंड द बिल बैक फॉर री कंसिडरेशन येटमेंट क्या है बिल्कुल करैक्ट इंडिया के कॉन्स्ट्यूशन कोई भी टाइम लिमिट नहीं दीती है कि प्रेजिडेंट नद तक वह बिल वापस भेजना है गया. इस करके दोनों स्टेटमेंटा क्या ने करक्ट ने? ने सही आंसर क्या हो गया बोथ वन एंड टू क्लीयर है जी गल क्वेश्चन ये क्या है फैक्चुअल है ਰਿਲੇਟਿਡ ਟੂ ਵਾਟ ਹੈ ਪ੍ਰੈਜ਼ੀਡੈਂਟ ਦੀ ਵੀਟੋ ਪਾਵਰ ਦੇ ਰਿਲੇਟਿਡ ਹੈ ਬਟ ਇਫ ਯੂ ਹੈਵ ਸਟੱਡੀਡ ਸੇਮ ਮੈਂ ਉਹੀ ਗੱਲ ਕਰਦਾ ਜੇ ਜੜਾਂ ਤੱਕ ਜਾ ਕੇ ਪੜਿਆ ਹੈ ਪ੍ਰੈਜ਼ੀਡੈਂਟ ਦੀ ਸਾਰੀ ਵੀਟੋ ਪਾਵਰ ਆ ਪੜੀਆਂ ਨੇ ਠੀਕ ਹੈ ਵੀਟੋ ਪਾਵਰ ਹੁੰਦੀ ਕੀ ਹੈ ਫਿਰ ਇਹ ਕੁਐਸਚਨਸ ਕਿਆ ਨੇ ਬਹੁਤ ਸੌਖੇ ਨੇ ਮੇਰੇ ਖਿਆਲ ਨਾਲ ਆਪਾਂ ਪੋਲਿਟੀ ਪੜਦੇ ਆ ਇਹ ਤਾਂ ਬੇਸਿਕਸ ਨੇ ਜੋ ਸਾਨੂੰ ਪੜਨੇ ਹੀ ਪੈਂਦੇ ਨੇ ਪ੍ਰੈਜ਼ੀਡੈਂਟ ਹੋ ਗਿਆ ਵਾਈਸ ਪ੍ਰੈਜ਼ੀਡੈਂਟ ਹੋ ਗਿਆ ਪਾਰਲੀਮੈਂਟ ਹੋ ਗਿਆ ਸੁਪਰੀਮ ਕੋਰਟ ਹੋ ਗਿਆ ਹਾਈ ਕੋਰਟ ਹੋ ਗਿਆ ਥੀਸ ਆਰ ਬੇਸਿਕਸ ਥੈਟ ਵਨ ਨੀਡ ਟੂ ਰਿਵਾਈਜ਼ ਕਲੀਅਰ ਹੈ ਜੀ ਨੈਕਸਟ ਕੁਐਸਚਨ ਵਿਚ ਆਫ ਦਾ ਫਾਲੋਇੰਗ ਸਬਜੈਕਟਸ ਆਰ ਅ ਪਾਰਟ ਆਫ ਦਾ ਸਟੇਟ ਲਿਸਟ ਕਹਿੰਦੇ ਕਿਹੜੇ ਕਿਹੜੇ ਸਬਜੈਕਟਸ ਕਿਹੜੇ ਨੇ ਜਿਹੜੇ ਪਾਰਟ ਨੇ ਸਟੇਟ ਲਿਸਟ ਦੇ ਐਸ ਸਪੈਸੀਫਾਈਡ ਇਨ ਦਾ ਸੈਵਨ ਸ਼ੈਡਿਊਲ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਸਾਡੇ ਸੈਵਨ ਸ਼ੈਡਿਊਲ ਦੇ ਵਿੱਚ ਕੁਝ ਲਿਸਟਾਂ ਮੈਂਸ਼ਨ ਨੇ ਲਾਈਕ ਸੈਂਟਰ ਸਟੇਟ ਕੰਕਰੈਂਟ ਉਹਨਾਂ ਵਿੱਚ ਪੁੱਛ ਰਹੇ ਨੇ ਕਿ ਕਿਹੜੇ ਕਿਹੜੇ ਸਟੇਟ ਲਿਸਟ ਦੇ ਪਾਰਟ ਨੇ ਠੀਕ ਹੈ ਜੀ ਇਹ ਬਿਲਕੁਲ ਫੈਕਚੁਅਲ ਕੁਐਸਚਨ ਹੈ ਮੈਂ ਇਹਨੂੰ ਥੋੜਾ ਮੋਡਰੇਟ ਕੈਟਾਗਰੀ ਚ ਪਾਉਂਗਾ ਕਿ ਸਾਰੇ ਨੂੰ ਇਹਨਾਂ ਲਿਸਟਾਂ ਦੇ ਨਾਂ ਨਹੀਂ ਪਤਾ ਹੋ ਸਕਦੇ ਠੀਕ ਹੈ ਪਰ ਫਿਰ ਵੀ ਇੱਕ ਦੁੱਖ ਕੁਐਸਚਨ ਇਹ ਜਾ ਆ ਜਾਂਦਾ ਜਿਹੜਾ ਤੁਹਾਨੂੰ ਨਾ ਪਤਾ ਠੀਕ ਹੈ ਜੀ ਇਹਦਾ ਆਪਾਂ ਆਨਸਰ ਸਿੱਧਾ ਦੱਸ ਦਿੰਨੇ ਆ ਮਾਰਕੀਟ ਐਂਡ ਫੇਅਰਸ ਯੈਸ ਪਬਲਿਕ ਹੈਲਥ ਐਂਡ ਸੈਨੀਟੇਸ਼ਨ ਹਸਪੀਟਲਸ ਐਂਡ ਡਿਸਪੈਂਸਰੀਜ਼ ਯੈਸ ਰੀਲੀਫ ਆਫ ਡਿਸੇਬਲਡ ਐਂਡ ਅਨਇੰਪਲੋਇਬਲ ਯੈਸ ਇਹ ਤਿੰਨੋਂ ਤਾਂ ਹੈਗੇ ਨੇ ਸਟੇਟ ਦੇ ਆ ਜਿਹੜੇ ਦੋ ਨੇ ਇਹ ਸੈਂਟਰ ਦੇ ਸਬਜੈਕਟਸ ਨੇ ਸਟੇਟ ਦੇ ਸਬਜੈਕਟਸ ਨਹੀਂ ਹੈਗੇ ਨੇ ਇਹ ਸਟੇਟ ਦੇ ਸਬਜੈਕਟਸ ਨਹੀਂ ਹੈਗੇ ਨੇ ਜਿਸ ਕਰਕੇ ਆਨਸਰ ਕੀ ਬਣ ਜਾਂਦਾ 1 2 ਐਂਡ 5 ਕੀ ਬਣ ਜਾਂਦਾ ਹੈ 1 2 ਐਂਡ 5 ਠੀਕ ਹੈ ਇਹਨੂੰ ਅਸੀਂ ਮੋਡਰੇਟ ਲੈਵਲ ਦੀ ਕੈਟਾਗਰੀ ਚ ਪਾ ਸਕਦੇ ਹਾਂ ਪਲੇਅਰ ਜੀ ਅ ਜੀ ਨਿਗਲ ਚਲੋ ਜੀ ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਆਰ ਮੈਂਸ਼ਨਡ ਇਨ ਦਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਡਾਇਰੈਕਟਿਵ ਪ੍ਰਿੰਸੀਪਲ ਸਾਡੇ ਪਾਰਟ 4 ਦੇ ਵਿੱਚ ਮੈਂਸ਼ਨ ਨੇ ਬਹੁਤ ਸੌਖੇ ਨੇ ਠੀਕ ਹੈ ਜੇ ਤੁਹਾਨੂੰ ਤੁਸੀਂ ਪੜ੍ਹ ਰੱਖਿਆ ਇੱਕ ਟੌਪਿਕ ਹੈ ਡੀ ਪੀ ਐਸ ਪੀ ਪੂਰਾ ਚੈਪਟਰ ਹੈ ਜੋ ਕਿ ਬਹੁਤ ਹੀ ਜ਼ਿਆਦਾ ਅਟ ਮੋਸਟ ਇੰਪੋਰਟੈਂਟ ਚੈਪਟਰ ਹੈ ਜੇ ਤੁਸੀਂ ਉਹ ਪੜ੍ਹ ਰੱਖਿਆ ਮੇਰੇ ਖਿਆਲ ਨਾਲ ਇਹ ਕੁਐਸਚਨ ਬਹੁਤ ਵੱਡਾ ਕੇਕ ਵਾਕ ਹੈ ਇਹ ਤੁਸੀਂ ਗਲਤੀ ਨਹੀਂ ਕਰ ਸਕਦੇ ਦੇਖਦੇ ਹਾਂ ਸਿਕਿਉਰਿੰਗ ਆ ਸੋਸ਼ਲ ਆਰਡਰ ਫਾਰ ਦਾ ਪ੍ਰੋਮੋਸ਼ਨ ਆਫ ਵੈਲਫੇਅਰ ਆਫ ਪ प्रोविजन ऑफ गिविंग अपॉर्चुनिटीज एंड फैसिलिटीज टू द चिल्ड्रन फॉर देयर डेवलपमेंट इन अ हेल्दी मैनर बिल्कुल करेक्ट ये भी क्या है डी पी एस पी बट जी आ चीज़ दी हुई है प्रोविजन ऑफ सेफ गार्डिंग पब्लिक प्रॉपर्टी ए डी पी एस पी नहीं है दिस इज वॉट फंडामेंटल ड्यूटी यीज़ क्या है साँधी फंडामेंटल ड्यूटी तो क्वेश्चन पूछा गया विच आर द मैनशन इन द डीपीएसपी आंसर क्या हो जाता है सी ऑप्शन दैट इज वन टू एंड थ्री क्लियर है जी एनी गल अगेन दिस इज अ फैक्चुअल क्वेश्चन कोई करंट नहीं है फैक्चुअल क्वेश्चन है डीपीएसपी का चैप्टर क्लियर है देन इट इज एन इजी क्वेश्चन फॉर यू टू अटेम्प्ट क्लियर नेक्स्ट क्वेश्चन ए भी सिंपल सुप्रीम साढ़े उसके रिलेटेड है ये आप जो गल करिए सुप्रीम कोर्ट के रिलेटेड है ठीक है क्वेश्चन क्या व्हेन द ऑफिस ऑफ चीफ जस्टिस ऑफ इंडिया इज वेकेंट और वैन द चीफ जस्टिस इज बाय रीजन ऑफ एबसेंस otherwise unable to perform the duties of office kende jo apni duties nahi nibha pa reya kon chief justice to o di jagah ek acting chief justice aunda hai kende us acting chief justice nu appoint kon karda hai sidha question hai keh rahe ne ki us acting chief justice nu appoint kon karda hai te da sidha answer kya hai president of india it is a factual question koi bhi de utte sanu analysis karan di zyada zarurat nahi hai theek hai it is an easy question easy question di criteria cha se nu pa sakde ha next question which of the following comprises the electoral college of vice president of india kehre vice, ke vice president president da election hunda kon kon ode election ch participate karda bahut saukha question haje main gall keh rahe hain ki je tusi vice president president sab padh rakheya hai kiwen election ho reha hai kiwen oh remove kita ja sada hai then question bahut saukhe ne inna to khabran di koi bhi zaroorat nahi hai question dekhne nu vadda ja lag reha par question de vich kuch nahi huga sidha answer kya members of lok sabha and members of rajya sabha that is elected plus nominated dono ide vich participate karde ne ਵੀਰੇ ਕਰਕੇ கரੈਕਟ ਆਪਸ਼ਨ ਪੁੱਛੀ ਹੈ ਆਪਸ਼ਨ ਕੀ ਹੋਗੀ ਏ ਆਪਸ਼ਨ 1 ਐਂਡ 2 ਕਲੀਅਰ ਹੈ ਜੀ ਇਨੀ ਗੱਲ ਸੋ ਆ ਤਾਂ ਸੀਗੇ ਸਾਡੇ 2013 ਦੇ ਕੁਐਸਚਨ ਜਿਹੜੇ ਕਿ ਬਿਲਕੁਲ ਹੀ ਫੈਕਚੁਅਲ ਸੀਗੇ ਕੋਈ ਵੀ ਆੜੇ ਤੇੜੇ ਕੁਐਸਚਨ ਨਹੀਂ ਸੀਗੇ ਜੇ ਤੁਹਾਡੇ ਕਨਸੈਪਟ ਦੀ ਕਲੈਰਿਟੀ ਹੈ ਤੁਸੀਂ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਵੀਟੋ ਪਾਵਰ ਸੁਪਰੀਮ ਕੋਰਟ ਪਾਰਲੀਮੈਂਟ ਅਮੈਂਡਮੈਂਟਾਂ ਪੜ ਰੱਖੀਆਂ ਨੇ ਬੇਸਿਕ ਪੁੱਛਿਆ ਇਹ ਪੇਪਰ ਕੁਐਸਚਨ ਚ ਨਹੀਂ ਰਹਿਣੇ ਸੀਗੇ 11 ਚੋਂ ਘੱਟੋ ਘੱਟ ਤੁਸੀਂ 8 ਤਾਂ 9 ਤਾਂ கரੈਕਟ ਹੀ ਕਰਕੇ ਆਉਂਦੇ ਕਲੀਅਰ ਹੈ ਜੀ ਇਨੀ ਗੱਲ ਚਲੋ ਜੀ ਨੈਕਸਟ ਇਅਰ ਦੀ ਐਨਾਲਿਸਿਸ ਦੇਖਦੇ ਆਂ 2015 ਦਾ ਜਿਹੜਾ ਐਗਜ਼ਾਮ ਆਇਆ ਸੀਗਾ ਉਸ ਟੇ ਪੇਪਰ ਚ ਕੁਐਸਚਨ ਕਿਸ ਤਰੀਕੇ ਨਾਲ ਪੁੱਛੇ ਗਏ ਦੇਖੋ ਜੀ ਮੈਂ ਤੁਹਾਨੂੰ ਕਿਹਾ ਸੀਗਾ ਅਮੈਂਡਮੈਂਟ ਆ ਬਹੁਤ ਇੰਪੋਰਟੈਂਟ ਨੇ ਅਮੈਂਡਮੈਂਟਾਂ ਚ ਕੁਐਸਚਨ ਪੁੱਛਲੇ ਜਾਂਦੇ ਨੇ ਆਹੀ ਆ ਗਿਆ ਜੀ ਫੇਰ ਤੋਂ ਅਮੈਂਡਮੈਂਟ ਦਾ ਕੁਐਸਚਨ ਤੇ ਇੰਪੋਰਟੈਂਟ ਅਮੈਂਡਮੈਂਟਸ ਨੇ ਸਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਡਾਇਰੈਕਟ ਕੁਐਸਚਨ ਹੈ ਕੁਝ ਇਸ ਤੋਂ ਜ਼ਿਆਦਾ ਹੈ ਨਹੀਂ ਮੈਸੇਜ ਦਾ ਮੈਚ ਕਰ ਦੇਣਾ ਹੈ ਕਿ ਆਨਸਰ ਇਹਦਾ ਹੋ ਸਕਦਾ ਹੈ ਪਹਿਲਾਂ ਪੁੱਛਿਆ ਗਿਆ 93rd ਅਮੈਂਡਮੈਂਟ ਇਟ ਇਜ਼ ਫਾਰ ਰਿਜ਼ਰਵੇਸ਼ਨ ਆਫ OBCS ਇਨ ਅਨ ਐਡੀ

ਨੈਕਸਟ ਕੁਐਸਚਨ ਵਿਚ ਆਫ ਦਾ ਕਨਸਟੀਟਿਊਸ਼ਨਲ ਅਮੈਂਡਮੈਂਟਸ ਫੇਰ ਕੁਐਸਚਨ ਕਿਦੇ ਉੱਤੇ ਆ ਗਿਆ ਕਨਸਟੀਟਿਊਸ਼ਨਲ ਅਮੈਂਡਮੈਂਟਸ ਦੇ ਉੱਤੇ ਕੀ ਕੁਐਸਚਨ ਹੈ ਵਿਚ ਆਫ ਦਾ ਕਨਸਟੀਟਿਊਸ਼ਨਲ ਅਮੈਂਡਮੈਂਟਸ ਡਸ ਨਾਟ ਪਟੇਨ ਟੂ ਐਡੀਸ਼ਨ ਆਫ ਮੋਰ ਲੈਂਗੁਏਜਸ ਟੂ ਇਨ ਦਾ 8th ਸ਼ੈਡਿਊਲ ਸਾਨੂੰ ਪਤਾ ਹੈ 8th ਸ਼ੈਡਿਊਲ ਚ ਸਾਡੀ ਕਿਹਾਂ ਨੇ ਬਾਈ ਲੈਂਗੁਏਜਸ ਨੇ ਆਫੀਸ਼ੀਅਲ ਲੈਂਗੁਏਜਸ ਕਿਹਾਂ ਨੇ ਬਾਈ ਆਫੀਸ਼ੀਅਲ ਲੈਂਗੁਏਜਸ ਹੁਣ ਪੁੱਛ ਰਿਹਾ ਕਿ ਕਿਹੜਾ ਉਹਨਾਂ ਦੇ ਵਿੱਚੋਂ ਅਮੈਂਡਮੈਂਟ ਨੇ ਲੈਂਗੁਏਜ ਐਡ ਨਹੀਂ ਕੀਤੀ ਹੈਗੀ ਹੈ ਜੇ ਤੁਸੀਂ ਇਹ ਚੈਪਟਰ ਪੜ੍ਹ ਰੱਖਿਆ 8 ਤੇ ਤੁਹਾਨੂੰ ਪਤਾ ਹੋਊਗਾ ਕਿਹੜੀ ਕਿਹੜੀ ਅਮੈਂਡਮੈਂਟਾਂ ਨੇ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਲੈਂਗੁਏਜਸ ਨੂੰ ਐਡ ਕੀਤਾ ਹੈਗਾ 21 ਨੇ ਵੀ ਕੀਤਾ 71 ਨੇ ਵੀ ਕੀਤਾ 92 ਨੇ ਵੀ ਕੀਤਾ 29ਵੇਂ ਨੇ ਨਹੀਂ ਕੀਤਾ ਤੇ ਆਨਸਰ ਕੀ ਹੋ ਗਿਆ 29th ਅਮੈਂਡਮੈਂਟ ਅਗੇਨ ਫੈਕਚੁਅਲ ਕੁਐਸਚਨ ਐਂਡ ਸਿੰਪਲ ਐਸਾਨੂੰ ਪਤਾ ਹੈ ਕਿ ਅਮੈਂਡਮੈਂਟਸ ਕੋਸ਼ਣ ਪੁੱਛ ਰਹੀ ਹੈ ਅਮੈਂਡਮੈਂਟਾਂ ਪੜ੍ਹ ਲਓ ਨਾ ਯਾਰ ਕੀ ਦਿੱਕਤ ਆ ਰਹੀ ਹੈ ਜੇ ਪਤਾ ਹੈ ਪੀਪੀਐਸਸੀ ਪੁੱਛ ਰਹੀ ਹੈ ਮਗਰ ਪੈ ਗਿਆ ਅਮੈਂਡਮੈਂਟਾਂ ਦੇ ਤੁਸੀਂ ਵੀ ਮਗਰ ਪੈ ਜਾ ਪੜ੍ਹਨਾ ਤਾਂ ਮਗਰ ਹੀ ਹੈ ਤੇ ਮਗਰ ਪੈ ਜਾ ਫਿਰ ਇਹਨਾਂ ਦੇ ਕਰ ਲਓ ਸਾਰੀ ਅਮੈਂਡਮੈਂਟਾਂ ਯਾਦ ਕਰ ਲਓ ਜਿਹੜੀਆਂ ਇਹ ਮੈਜਰ ਮੈਜਰ ਹੈਗੀਆਂ ਨੇ ਤਾਂ ਕਿ ਪੇਪਰ 'ਚ ਕੁਐਸਚਨ ਆ ਜਾਏ ਤੁਹਾਡਾ ਕੁਐਸਚਨ ਕਲੀਅਰ ਹੋ ਜਾਏ ਜੇ ਸਾਨੂੰ ਇੱਕ ਤਰੀਕਾ ਪਤਾ ਚੱਲ ਰਿਹਾ ਨਾ ਫਾਰਮੈਟ ਪਤਾ ਚੱਲ ਰਿਹਾ ਕਿ ਪੀਪੀਐਸਸੀ ਇਸ ਗੋਜ਼ ਆਫਟਰ ਐਮੈਂਡਮੈਂਟਸ ਸੋ ਯੂ ਆਲਸੋ ਗੋਜ਼ ਆਫਟਰ ਐਮੈਂਡਮੈਂਟ ਤੁਸੀਂ ਵੀ ਐਮੈਂਡਮੈਂਟਾਂ ਪਿੱਛੇ ਜਾਓ ਠੀਕ ਹੈ ਜੀ ਨੈਕਸਟ ਕੁਐਸਚਨ ਐਜ਼ ਅ ਮੈਂਬਰ ਆਫ ਦਾ ਕਨਸਟਿਟੈਂਟ ਅਸੈਂਬਲੀ ਸਰਦਾਰ ਪਟੇਲ ਡਿਡ ਨਾਟ ਲੀਡ ਵਿਚ ਆਫ ਦਾ ਫਾਲੋਇੰਗ ਕਮੇਟੀਆਂ ਸਿੰਪਲ ਕੁਐਸਚਨ ਹੈ ਫੈਕਚੁਅਲ ਕੁਐਸਚਨ ਹੈ ਸਰਦਾਰ ਪਟੇਲ ਕਹਿੰਦੇ ਕਿਨੂੰ ਕਿਹੜੀ ਕਮੇਟੀ ਨੂੰ ਉਹ ਕੈਚ ਹੈ ਜੀ ਆ ਦੇਖ ਲਓ ਡਿਡ ਨਾਟ ਲੀਡ ਮੈਂ ਕਹਿਆ ਸੀਗਾ ਇਹ ਚੀਜ਼ਾਂ ਜ਼ਰੂਰ ਪੜ ਲੈਣਾ ਪੇਪਰ ਦੇ ਵਿੱਚ ਇਸ ਤਰੀਕੇ ਨਾਲ ਤੁਹਾਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤੇ ਕਿਹੜੀ ਕਿਹੜੀ ਕਮੇਟੀਆਂ ਨੂੰ ਉਹਨਾਂ ਨੇ ਲੀਡ ਨਹੀਂ ਕੀਤਾ ਮੈਂ ਉਹਨਾਂ ਨੂੰ ਟਿਕ ਕਰ ਦੇਣਾ ਜਿਨ੍ਹਾਂ ਨੂੰ ਉਹਨਾਂ ਨੇ ਲੀਡ ਕੀਤਾ ਹੈ ਟ్రਾਈਬਲ ਨੂੰ ਕੀਤਾ ਹੈ ਮਨੋਰੀਟੀ ਨੂੰ ਕੀਤਾ ਹੈ ਫੰਡਮੈਂਟਲ ਰਾਈਟਸ ਨੂੰ ਕੀਤਾ ਹੈ ਇਸ ਨੂੰ ਉਹਨਾਂ ਨੇ ਲੀਡ ਨਹੀਂ ਕਰਿਆ ਆਨਸਰ ਕੀ ਹੋ ਗਿਆ ਸੀ ਓਨਲੀ ਕਿਉਂ ਪੁੱਛਿਆ ਕਿਹਾ ਗਿਆ ਡਿਡ ਨਾਟ ਲੀਡ ਜੇ ਤੁਸੀਂ ਨਾਟ ਨਾ ਪੜਿਆ ਹੁੰਦਾ ਤੁਸੀਂ ਟਿਕ ਕਰ ਦੇਣਾ ਸੀ ਕਿਹਾ 1 2 ਐਂਡ 3 ਪਰ ਉਹ ਕਿਹਾ ਹੁੰਦਾ ਗਲਤ ਕਿਉਂਕਿ ਪੁੱਛਿਆ ਕਿਹਾ ਗਿਆ ਡਿਡ ਨਾਟ ਲੀਡ ppsc ਇਸ ਤਰੀਕੇ ਨਾਲ ਕਨਫਿਊਜ਼ ਕਰ ਰਹੀ ਹੈ ਬੱਚਿਆਂ ਨੂੰ ਠੀਕ ਹੈ ਤੁਸੀਂ ਕਨਫਿਊਜ਼ ਨਹੀਂ ਹੋਣਾ ਤੁਸੀਂ ਕੁਸ਼ਣ ਪਹਿਲਾਂ ਚੰਗੀ ਨਾਲ ਪੜ੍ਹਨਾ ਕਿ ਪੁੱਛਿਆ ਕੀ-ਕਿਆ ਫਿਰ ਉਸ ਕੁਸ਼ਣ ਦਾ ਆਨਸਰ ਸੌਲਵ ਕਰਨਾ ਹੈ ਕਲੀਅਰ ਹੈ ਜੀ ਇਹ ਨਹੀਂ ਗੱਲ ਅਗੇਨ ਫੈਕਚੁਅਲ ਕੁਸ਼ਣ ਹੈ ਜੀ ਬਹੁਤ ਜ਼ਿਆਦਾ ਨੈਕਸਟ ਕੁਸ਼ਣ ਇਹ ਬਹੁਤ ਹੀ ਸੌਖਾ ਕੁਸ਼ਣ ਹੈ ਪੁੱਛ ਰਹੇ ਨੇ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਨੰਬਰ ਆਫ ਜੱਜਿਸ ਕਿੰਨੇ ਨੇ ਕੀ ਪੁੱਛ ਰਹੇ ਨੇ ਨੰਬਰ ਆਫ ਜੱਜਿਸ ਕਿੰਨੇ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਤੇ ਦਾ ਸਿੱਧਾ ਆਨਸਰ ਕੀ ਹੈ 15 ਕੀ ਆਨਸਰ ਹੈ ਦਾ 15 ਦੇਹਾ ਹੈਡਕਵਰਟਰ ਕਿੱਥੇ ਹੈ ਹੈਗ ਚ ਹੈਗਾ ਆਈਸੀਜ ਦਾ ਨੀਦਰਲੈਂਡਸ ਚ ਹੈਗ ਦੇ ਵਿੱਚ ਇਹਦਾ ਕੀ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਹੈਡਕਵਰਟਰ ਤੇ ਨੰਬਰ ਆਫ ਜੱਜਸ ਕਿੰਨੇ ਨੇ 15 ਨੈਕਸਟ ਕੁਐਸਚਨ ਹੂ ਅਮੰਗ ਦਾ ਫਾਲੋਇੰਗ ਕੈਨ ਅਟੈਂਡ ਦਾ ਮੀਟਿੰਗਸ ਆ ਬੋਥ ਹਾਊਸਿਸ ਆਫ ਪਾਰਲੀਮੈਂਟ ਵਾਈਲ ਨਾਟ ਹੈਵ ਬੀਇੰਗ ਅ ਮੈਂਬਰ ਆਫ ਆਈਦਰ ਹੁਨੇ ਆਪਾਂ ਪੜਿਆ ਸੀਗਾ ਕਿ ਉਹਨੂੰ ਜੁੜੀ ਨਹੀਂ ਉਸ ਚੀਜ਼ ਦਾ ਮੈਂਬਰ ਹੋਵੇ ਪਰ ਉਹਨਾਂ ਦੋਨਾਂ ਹਾਊਸਿਸ ਦੇ ਵਿੱਚ ਉਹ ਅਟੈਂਡ ਕਰ ਸਕਦਾ ਹੈਗਾ ਕੌਣ ਹੁੰਦਾ ਹੈ ਉਹ ਅਟਰਨੀ ਜਨਰਲ ਆਫ ਇੰਡੀਆ ਕੀਆ ਕੁਐਸਚਨ ਹੈ ਬੋਥ ਐਕਚੁਅਲ ਕੁਐਸਚਨ ਹੈ 15 ਦੇ ਵਿੱਚ ਬਹੁਤ ਫੈਕਚੁਅਲ ਕੁਸ਼ਨ ਪੁੱਛੇ ਗਏ ਨੇ ਤੇ ਐਸ ਕੰਪੈਰੀਟਿਵਲੀ ਆਪਾਂ ਜੋ 13 ਦੇ ਪੇਪਰ ਨਾਲ ਵੀ ਕਰੀਏ ਇਟ ਇਜ਼ ਐਨ ਈਜ਼ੀ ਪੇਪਰ ਇਟ ਇਜ਼ ਵਾਟ ਇਟ ਇਜ਼ ਐਨ ਈਜ਼ੀ ਪੇਪਰ ਕਲੀਅਰ ਹੈ ਜੀ which of following state was the first to establish panchayati raj system of india ਕਹਰੇ ਕਿ ਪੰਚਾਇਤੀ ਰਾਜ ਸਿਸਟਮ ਕਿੰਨੇ ਸਟੈਬਲਿਸ਼ ਕੀਤਾ ਤੇ ਮੇਰੇ ਖਿਆਲ ਨਾਲ ਇਹ ਤਾਂ ਆਪਾਂ ਨੂੰ ਬਹੁਤ ਵਾਰ ਪੜ੍ਹ ਵੀ ਰੱਖਿਆ ਇਟ ਹੈ ਵਾਸ ਰਾਜਸਥਾਨ ਜਿਨੇ 2 ਅਕਤੂਬਰ 1959 ਨੂੰ ਪਹਿਲੀ ਸਟੇਟ ਬਣੀ ਸੀ दैट ਐਸਟੈਬਲਿਸ਼ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਕੌਮਸੀ ਕੀ ਹੋ ਰਾਜਸਥਾਨ ਸਟੇਟ ਸੀ ਜਿਨੇ ਇਹ ਐਸਟੈਬਲਿਸ਼ ਕੀਤਾ ਸੀ ਕਲੀਅਰ ਹੈ ਜੀ ਗੱਲ ਇਹ ਸਾਰੇ ਕੁਐਸਚਨ ਕਿ ਐਸ ਫੈਕਚੁਅਲ ਸੀਗੇ ਇਹਨਾਂ ਤੇ ਜਿਆਦਾ ਆਪਾਂ ਨੂੰ ਮੱਥਾ ਮਾਰਨ ਦੀ ਲੋੜ ਹੈ ਨਹੀਂ ਜੇ ਸਾਡੇ ਕਨਸੈਪਟ ਕਲੀਅਰ ਨੇ ਤੁਸੀਂ ਪੜ੍ਹ ਰੱਖਿਆ ਫਿਰ ਇਹ ਕੁਐਸਚਨ ਕਿਤੇ ਨਹੀਂ ਜਾਂਦੇ ਠੀਕ ਹੈ ਜੀ ਨੈਕਸਟ ਕੁਐਸਚਨ ਫੇਰ ਅਮੈਂਡਮੈਂਟ ਦੇ ਉੱਤੇ ਕੁਐਸਚਨ ਦੇਖ ਲਓ ਜੀ ਮੈਂ ਨਹੀਂ ਕੁਝ ਕਹਿ ਰਿਹਾ ਪੀਪੀਐਸਸੀ ਕਹਿ ਰਹੀ ਹੈ ਕੀ ਕਹਿ ਰਹੀ ਹੈ ਦੇਖ ਲੈਣੇ ਹੈ ਵਿਚ ਕਨਸਟੀਟਿਊਸ਼ਨਲ ਅਮੈਂਡਮੈਂਟ ਡਿਲੀਟਿਡ ਦਾ ਰਾਈਟ ਟੂ ਪ੍ਰੋਪਰਟੀ ਕਹਿੰਦੇ ਰਾਈਟ ਟੂ ਪ੍ਰੋਪਰਟੀ ਚੈਪਟਰ 3 ਤੋਂ ਕੱਢ ਕੇ ਲੀਗਲ ਰਾਈਟ ਪਾਤਾ 300 A ਦੇ ਵਿੱਚ ਕਿਹੜੀ ਅਮੈਂਡਮੈਂਟ ਨੇ ਕੀਤਾ ਇਹ ਅਮੈਂਡਮੈਂਟ ਸੀਗੀ ਜੀ 44th ਅਮੈਂਡਮੈਂਟ 1978 ਜਿਨੇ ਕੀ ਕੀਤਾ ਰਾਈਟ ਟੂ ਪ੍ਰੋਪਰਟੀ ਨੂੰ ਡਿਲੀਟ ਕਰਤਾ ਕੀ ਕਰਤਾ ਰਾਈਟ ਟੂ ਪ੍ਰੋਪਰਟੀ ਨੂੰ ਡਿਲੀਟ ਕਰਤਾ ਕਲੀਅਰ ਹੈ ਜੀ ਅਗੇਨ ਕਿਆ ਐਫੈਕਚੁਅਲ ਕੁਐਸਚਨ ਹੈ ਬਹੁਤ ਐਫੈਕਚੁਅਲ ਕੁਐਸਚਨ ਹੈ ਜੀ ਇਸ ਤੇ ਮੈਂ ਕਿਆ ਹੀ ਨਹੀਂ ਸਕਦਾ ਕਿ ਸੌਖਾ ਕੁਐਸਚਨ ਪਾਇਆ ਪੀਪੀਐਸਸੀ ਨੇ ਕਿਆ ਪਾਇਆ ਸੌਖਾ ਹੀ ਪਾਇਆ ਨੈਕਸਟ ਕੁਐਸਚਨ ਕਿਰ ਪਰਸਨ ਜਿਹੜਾ ਮੈਂਬਰ ਆਫ ਪਾਰਲੀਮੈਂਟ ਨਹੀਂ ਹੈਗਾ ਪਰਸਨ ਹੂ ਇਜ਼ ਨਾਟ ਅ ਮੈਂਬਰ ਆਫ ਪਾਰਲੀਮੈਂਟ ਕਹਿੰਦੇ ਮਿਨਿਸਟਰ ਅਪਾਇੰਟ ਕੀਤਾ ਜਾ ਸਕਦਾ ਹੈ ਪ੍ਰੈਜ਼ੀਡੈਂਟਲੀ ਪਰ ਕਿੰਨੇ ਮੈਕਸਿਮਮ ਪੀਰੀਅਡ ਵਾਸਤੇ ਕਿ ਸਪੋਜ਼ ਕਰੋ ਕੋਈ ਇਲੈਕਟ ਨਹੀਂ ਹੁੰਦਾ ਮੈਂਬਰ ਆਫ ਪਾਰਲੀਮੈਂਟਲ ਇਲੈਕਸ਼ਨ ਲੋਕ ਸਭਾ ਜਾਂ ਰਾਜ ਸਭਾ ਪਰ ਫਿਰ ਵੀ ਉਹਨੂੰ ਪ੍ਰੈਜ਼ੀਡੈਂਟ ਮੰਤਰੀ ਬਣਾ ਦਿੰਦਾ ਠੀਕ ਹੈ ਕਿੰਨੇ ਮੈਕਸਿਮਮ ਪੀਰੀਅਡ ਲਈ ਬਣਾ ਸਕਦਾ ਹੈ ਉਸ ਤੋਂ ਬਾਅਦ ਉਸਨੂੰ ਰੀ ਇਲੈਕਟ ਹੋਣਾ ਪਏਗਾ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਅਗਰ ਉਹਨੂੰ ਕੰਟੀਨਿਊ ਕਰਨਾ ਹੈ ਐਜ਼ ਅ ਮਿਨਿਸਟਰ ਔਰ ਟਾਈਮ ਪੀਰੀਅਡ ਹੁੰਦਾ 댓 ਇਜ਼ 6 ਮੰਥਸ ਕੀ ਹੁੰਦਾ 댓6 ਮੰਥਸ ਅਗੇਨ ਇਟ ਇਜ਼ ਵਾਟ ਅ ਫੈਕਚੁਅਲ ਕੁਐਸਚਨ ਜੇ ਤੁਸੀਂ ਕ ਕਲੀਅਰ ਨੈਕਸਟ ਕੁਐਸਚਨ ਫੰਡਮੈਂਟਲ ਡਿਊਟੀਆਂ ਕੇ ਅੰਦਰ ਇੰਡੀਆ ਚ ਕਦ ਆਈਆਂ ਸੀਗੀਆਂ ਕਿਹਦੀ ਕਮੇਟੀ ਦੀ ਰਿਕਮੈਂਡੇਸ਼ਨ ਚ ਆਈਆਂ ਸੀ ਪਹਿਲੀ ਗੱਲ ਇਹ ਆਈਆਂ ਸੀਗੀਆਂ 42nd ਅਮੈਂਡਮੈਂਟ 1976 ਤੋਂ ਬਾਅਦ ਇੰਟਰੋਡਿਊਸ ਕੀਤੀਆਂ ਗਈਆਂ ਸੀਗੀਆਂ ਸਿੰਪਲ ਕੁਐਸਚਨ ਫੈਕਚੁਅਲ ਆਨਸਰ ਟਿਕ ਕਰ ਦਿੰਨੇ ਹੈ ਜੀ ਸਵਰਨ ਸਿੰਘ ਕਮੇਟੀ ਬਹੁਤ ਸੌਖਾ ਹੈ ਕੀ ਆਨਸਰ ਹੈ ਤਾਂ ਜੀ ਸਵਰਨ ਸਿੰਘ ਕਮੇਟੀ ਦੀ ਰਿਕਮੈਂਡੇਸ਼ਨ ਤੋਂ ਬਾਅਦ ਕ ਐਡ ਕੀਤੇ ਗਏ ਸੀ ਫੰਡਮੈਂਟਲ ਡਿਊਟੀਆਂ ਇੰਨੇ 8 ਰਿਕਮੈਂਡ ਕੀਤੀਆਂ ਸੀਗੀਆਂ ਪਰ ਅਸੀਂ ਸ਼ੁਰੂ ਚ ਕਿੰਨੀਆਂ ਪਾਈਆਂ ਸੀਗੀਆਂ 10 ਪਾਈਆਂ ਸੀਗੀਆਂ ਕਿੰਨੀਆਂ ਪਾਈਆਂ ਸੀ 10 ਇਸ ਕਮੇਟੀ ਨੇ 8 ਰਿਕਮੈਂਡ ਕੀਤੀਆਂ ਸੀਗੀਆਂ ਪਾਈਆਂ ਸੀ 10 ਸੀਗੀਆਂ ਫਿਰ 86ਵੀਂ ਅਮੈਂਡਮੈਂਟ ਹੋਈ 2002 ਦੇ ਵਿੱਚ ਉਸ ਟਾਈਮ ਆਪਾਂ 11ਵੀਂ ਡਿਊਟੀ ਐਡ ਕਰੀ ਸੀ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਸੈਕਸ਼ਨ ਜਰੂਰ ਪਾਓ ਕਿ 11ਵੀਂ ਸਾਡੀ ਫੰਡਮੈਂਟਲ ਡਿਊਟੀ ਕਿਹੜੀ ਸੀ ਕਲੀਅਰ ਹੈ ਜੀ ਗੱਲ ਨੈਕਸਟ ਕੁਐਸਚਨ ਇਹ ਅਗੇਨ ਵੈਰੀ ਸਿੰਪਲ ਕੁਐਸਚਨ ਫੈਕਚੁਅਲ ਕੁਐਸਚਨ ਦਾ ਦਿਨੇਸ਼ ਗੋਸਵਾਮੀ ਕਮੇਟੀ ਵਾਸ ਕਨਸਰਨਡ ਵਿਦ ਕੈਨੇਡੀਨ ਜਨੀਸ਼ ਗੋਸੋ ਅਮੀ ਕਮੇਟੀ ਸੀ ਉਹ ਕਿਹਦੇ ਨਾਲ ਕਨਸਰਨ ਕਰਦੀ ਹੈ ਡੀ ਨੈਸ਼ਨਲਾਈਜੇਸ਼ਨ ਆਫ ਬੈਂਕਸ ਇਲੈਕਟੋਰਲ ਰਿਫਾਰਮਸ ਐਂਟੀ ਡਿਫੈਕਸ਼ਨ ਹਾਇਰ ਐਜੂਕੇਸ਼ਨ ਮੈਂ ਸਿੱਧਾ ਆਨਸਰ ਟਿਕ ਕਰ ਦੇਣਾ ਬਹੁਤ ਸੌਖਾ ਕੁਐਸਚਨ ਹੈ ਬਹੁਤ ਸਾਰੇ ਪੇਪਰਾਂ ਚ ਘਸਿਆ ਜਾਂਦਾ ਕੁਐਸਚਨ ਨੂੰ ਪੁੱਛਿਆ ਜਾਂਦਾ ਹੈ ਆਨਸਰ ਕੀ ਹੈ ਇਲੈਕਟੋਰਲ ਰਿਫਾਰਮਸ ਕਲੀਅਰ ਹੈ ਜੀ ਇੰਨੀ ਗੱਲ ਨੈਕਸਟ ਕੁਐਸਚਨ ਸੁਪਰੀਮ ਕੋਰਟ ਆਫ ਇੰਡੀਆ ਟੈਂਡਰਸ ਐਡਵਾਈਸ ਟੂ ਦਾ ਪ੍ਰੈਜ਼ੀਡੈਂਟ ਔਨ ਮੈਟਰਸ ਆਫ ਲਾਅਰ ਫੈਕਟ ਕਹਿੰਦੇ ਸੁਪਰੀਮ ਕੋਰਟ ਕਾਡ ਐਡਵਾਈਸ ਟੈਂਡਰ ਕਰਦਾ ਹੈ ਪ੍ਰੈਜ਼ੀਡ ਹਰ ਟਾਈਮ ਕਰਦਾ ਹੋਏਗਾ ਕੁਝ ਇਨਸਟੈਂਸ ਤੇ ਕਰਦਾ ਹੋਏਗਾ ਉਹੀ ਇਨਸਟੈਂਸ ਪੁੱਛ ਰਹੇ ਨੇ ਕਹਿ ਰਹੇ ਨੇ ਓਨ ਇਟਸ ਓਨ ਇਨੀਸ਼ੀਏਟਿਵ ਆਪਣੇ ਆਪ ਕਰ ਦਿੰਦਾ ਹੈ ਜਾਂ ਪ੍ਰੈਜ਼ੀਡੈਂਟ ਐਡਵਾਈਸ ਸੀਕ ਕਰਦਾ ਹੈ ਜਾਂ ਮੈਟਰ ਹੋਵੇ ਰਿਲੇਟਡ ਟੂ ਫੰਡਾਮੈਂਟਲ ਰਾਈਟਸ ਜਾਂ ਇਟ ਪੋਸੈਸਸਿਸ ਅ ਥ੍ਰੈਟ ਟੂ ਦਾ ਇੰਟੀਗ੍ਰਿਟੀ ਆਫ ਦਾ ਕੰਟਰੀ ਤੇ ਇਹਨਾਂ ਚੋਂ ਚਾਰਾਂ ਚੋਂ ਸਹੀ ਆਪਸ਼ਨ ਕਿਹੜਾ ਹੈ ਕਿ ਕਦ ਉਹ ਉਸ ਨੂੰ ਐਡਵਾਈਸ ਦਿੰਦਾ ਹੈਗਾ ਤੇਦਾ ਸਹੀ ਆਨਸਰ ਕੀ ਹੈ ਓਨਲੀ ਇਫ ਹੀ ਸੀਕਸ ਸੱਚ ਐਡਵਾਈਸ ਇਫ ਯੂ ਹੈਵ ਰੈਡ ਸੁਪਰੀਮ ਕੋਰਟ ਤੇ ਉਹਦੀਆਂ ਸਾਰੀਆਂ ਜੂਰਿਸਡਿਕਸ਼ਨਾਂ ਪੜ ਰੱਖੀਆਂ ओरिजिनल ਐਪੀਲੇਟ ਜਿੰਨੀਆਂ ਵੀ ਹੁੰਦੀਆਂ ਨੇ ਠੀਕ ਹੈ ਤਾਂ ਤੁਸੀਂ ਇਹ ਕੁਐਸਚਨ ਨੂੰ इजीली ਅਟੈਂਪਟ ਕਰ ਸਕਦੇ ਹੋ ਮੈਂ ਫੇਰ ਤੋਂ ਕਹਿ ਰਹੇ ਹਾਂ ਕਿ ਜਿਹੜੇ ਮੇਜਰ ਮੇਜਰ ਚੈਪਟਰ ਨੇ ਲਾਈ ਸੁਪਰੀਮ ਕੋਰਟ ਪਾਰਲੀਮੈਂਟ ਪ੍ਰੈਜ਼ੀਡੈਂਟ ਇਹਦਾ ਤੁਹਾਨੂੰ ਚੰਗੀ ਤਰ੍ਹਾਂ ਰਟੇ ਹੋਣੇ ਚਾਹੀਦੇ ਨੇ ਇਹਨਾਂ ਦੀ ਜੜਾਂ ਤੇ ਜਾ ਕੇ ਪੜੋ ਤਾਂ ਕਿ ਇਹ ਕੁਐਸਚਨ ਪੇਪਰ ਤੇ ਤੁਹਾਡੇ ਬਿਲਕੁਲ ਕਰੈਕਟ ਹੋ ਸਕਣ ਕਲੀਅਰ ਹੈ ਜੀ ਜੇ ਮੈਂ 15 ਦੇ ਪੇਪਰਾਂ ਦੀ ਗੱਲ ਕਰਾਂ ਇਟ ਵਾਸ ਮੋਰ ਈਜ਼ੀ ਐਸ ਕੰਪੇਅਰ ਟੂ 13 ਦੇ ਕੁਐਸਚਨ ਕਿਉਂਕਿ ਇਹ ਕੁਐਸਚਨ ਛੋਟ ਚਲੋ ਜੀ ਹੁਣ ਆਖਰੀ ਡਿਸਕਸ ਕਰਦੇ ਆ ਜੀ 2018 ਦੇ ਕੁਐਸਚਨ ਪਹਿਲਾ ਦਾ ਰੀਸੈਂਟ ਸੁਪਰੀਮ ਕੋਰਟ ਰੂਲਿੰਗ ਅਬਾਊਟ ਦਾ ਲਿਮਿਟੇਸ਼ਨਸ ਆਫ ਦਾ ਪਾਵਰਸ ਆਫ ਲਿਊਟੇਨੈਂਟ ਗਵਰਨਰ ਆਫ ਦਿੱਲੀ ਵਿਜ਼ਾਵਾਸ ਦਾ ਚੀਫ ਮਿਨਿਸਟਰ ਆਫ ਦਿੱਲੀ ਹੈਸ ਬੀਨ ਮੇਕਿੰਗ ਨਿਊਜ਼ ਇਨ ਥਿਸ ਕੇਸ ਹੂ ਆਊਟ ਆਫ ਦਾ ਫੋਲੋਇੰਗ ਵਾਸ ਵਨ ਆਫ ਦਾ ਡਿਫੈਂਸ ਕਾਉਂਸਲ ਫਾਰ ਆਮ ਆਦਮੀ ਪਾਰਟੀ ਕਹਿੰਦੇ ਉਸ ਟਾਈਮ ਦੇ ਨਾ ਬਹੁਤ ਜ਼ਿਆਦਾ ਲੜਾਈ ਹੋ ਰਹੀ ਸੀਗੀ ਲਿਊਟੇਨੈਂਟ ਗਵਰਨਰ ਦੇ ਵਿੱਚ ਲੜਾਈ ਤਾਂ ਨਹੀਂ ਹੋ ਰਹੀ ਡਿਸਪਿਊਟ ਚੱਲ ਰਹੇ ਸੀਗੇ ਪਾਵਰਾਂ ਨੂੰ ਲੈ ਕੇ ਵਰਸਸ ਸੀਐਮ ਕਹਿੰਦੇ ਉਸ ਦੇ ਵਿੱਚ ਆ ਕੌਣ ਸੀਗਾ ਆਮ ਆਦਮੀ ਪਾਰਟੀ ਦਾ ਡਿਫੈਂਸ ਕਾਉਂਸਲ ਕਿਉਂਕਿ ਇਹ ਪਾਰਟੀ ਕਿਆ ਸੀਗੀ ਚੀਫ ਮਿਨਿਸਟਰ ਇਸੇ ਮਤਲਬ ਦਿੱਲੀ ਜਿਹੜੀ ਪਾਰਟੀ ਹੈ ਕਿੰਨੇ ਬਣਾਈ ਸਾਨੂੰ ਸਾਰ ਨੂੰ ਪਤਾ ਹੈ ਆਮ ਆਦਮੀ ਪਾਰਟੀ ਨੇ ਠੀਕ ਹੈ ਜੀ ਤਾਂ ਉਹਰੇ ਪੁੱਛੇ ਸੀ ਉਹਨੇ ਡਿਫੈਂਸ ਕਾਉਂਸਲ ਕੌਣ ਸੀਗੇ ਡਿਫੈਂਸ ਕਾਉਂਸਲ ਸੀਗੇ ਜੀ ਪੀ ਚਦੰਬਰਮ ਇਟ ਵਾਸ ਬੇਸਿਕਲੀ ਅ ਕਰੰਟ ਕੁਐਸਚਨ ਜੇ ਤੁਸੀਂ ਉਸ ਟਾਈਮ ਨਿਊਜ਼ ਨੂੰ ਫਾਲੋ ਕਰ ਰਹੇ ਸੀਗੇ ਤਾਂ ਇਹ ਕੁਐਸਚਨ ਕਿਆ ਹੋ ਜਾਂਦਾ ਹੈ ਈਜ਼ੀ ਕਲੀਅਰ ਨੈਕਸਟ ਕੁਐਸਚਨ ਇਹ ਕੁਐਸਚਨ ਤਾਂ ਮੇਰੇ ਖਿਆਲ ਨਾਲ ਹਰ ਕਿਤੇ ਤੁਸੀਂ ਪੇਪਰਾਂ 'ਚ ਦੇਖਿਆ ਹੋਣਾ ਛੋਟੇ ਮੋਟੇ ਪੇਪਰਾਂ 'ਚ ਵੀ ਪੁੱਛ ਲਿਆ ਜਾਂਦਾ ਹੈ ਕੁਐਸਚਨ ਇਹ ਠੀਕ ਹੈ SSC ਲੈਵਲ 'ਚ ਵੀ ਸਿੱਧਾ ਕੁਐਸਚਨ ਹੈ ਕਿ ਕੁਝ ਫੀਚਰਸ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਅਸੀਂ ਕਿੱਥੋਂ-ਕਿੱਥੋਂ ਅਡਾਪਟ ਕੀਤੇ ਨੇ ਤਾਂ ਮੈਂ ਸਿੱਧਾ ਟੇਕੀ ਕਰ ਦਿੰਦਾ ਹੈ ਫੈਡਰਲਿਜ਼ਮ ਕੈਨੇਡਾ ਫੰਡਾਮੈਂਟਲ ਡਿਊਟੀਆਂ ਸੋਵੀਅਤ ਯੂਨੀਅਨ ਫਾਰਮਰ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਆਇਰਲੈਂਡ ਜੁਡੀਸ਼ੀਅਲ ਰਿਵਿਊ ਯੂਐਸ ਸਿੱਧੇ-ਸਿੱਧੇ ਮੈਚ ਕਰੇ ਹੋਏ ਨੇ ਆਨਸਰ ਕੀ ਹੋ ਗਿਆ 1 2 3 4 ਆਨਸਰ ਕੀ ਹੋ ਗਿਆ 1 2 3 4 ਨੈਕਸਟ ਕੁਐਸਚਨ ਵਿਚ ਆਫ ਦਾ ਫੋਲ ਕਹਿੰਦੇ ਕਿ ਟਵਿਨ ਸਿਸਟਰਸ ਕਮੇਟੀ ਕਿਨੂੰ ਕਿਹਾ ਜਾਂਦਾ ਅਗੇਨ ਇਟ ਇਜ਼ ਵਾਟ ਅ ਫੈਕਚੁਅਲ ਕੁਐਸਚਨ ਐਂਡ ਆਨਸਰ ਇਜ਼ ਏ ਆਪਸ਼ਨ 뎃 ਇਜ਼ ਪਬਲਿਕ ਅਕਾਊਂਟਸ ਕਮੇਟੀ ਐਂਡ ਐਸਟੀਮੇਟ ਕਮੇਟੀ ਜਿਹਨੂੰ ਆਪਾਂ ਕਹਾਂ ਕਹਿੰਦੇ ਆ ਟਵਿਨ ਸਿਸਟਰ ਕਮੇਟੀ ਕਲੀਅਰ ਹੈ ਜੀ ਨੈਕਸਟ ਕੁਐਸਚਨ ਵਿਚ ਆਫ द ਫੋਲੋਇੰਗ ਅਮੈਂਡਮੈਂਟਸ ਇਨ ਦਾ ਇੰਡੀਅਨ ਕਨਸਟੀਟਿਊਸ਼ਨ ਵਰ ਇਕੁਇਟਡ ਵਿਦ ਮਿਨੀ ਕਨਸਟੀਟਿਊਸ਼ਨ ਅਗੇਨ ਕਿਸ ਦੇ ਰਿਲੇਟਡ ਕੁਐਸਚਨ ਹੈ ਅਮੈਂਡਮੈਂਟ ਮਿਨੀ ਕਨਸਟੀਟਿਊਸ਼ਨ ਸਾਨੂੰ ਸਾਰਿਆਂ ਨੂੰ ਪਤਾ ਹੈ ਕਿਹੜਾ ਸੀਗਾ ਜੀ 42 ਅਮੈਂਡਮੈਂਟ ਇਹ ਕੁਐਸ਼ਨ ਵੀ ਪੇਪਰ 'ਚ ਬਹੁਤ ਵਾਰ ਪੁੱਛਿਆ ਗਿਆ ਹੈ। ਕਿ ਤੁਸੀਂ ਬਹੁਤ ਸਾਰੇ ਪੇਪਰ ਚੱਕ ਲਓ ਪੁਰਾਣੇ, ਪ੍ਰੀਵੀਅਸ ਈਅਰ ਉਹਨਾਂ 'ਚ ਕੁਐਸ਼ਨ ਜ਼ਰੂਰ ਪੁੱਛਿਆ ਜਾਂਦਾ ਹੈ ਮਿਨੀ ਕਨਸਟੀਟਿਊਸ਼ਨ ਕਿਹੜੀ ਅਮੈਂਡਮੈਂਟ ਦੇ ਥਰੂ ਹੋਇਆ ਸੀ। ਕਲੀਅਰ ਹੈ ਜੀ? ਨੈਕਸਟ ਕੁਐਸ਼ਨ। ਹੁਣ ਇਹਨਾਂ ਨੇ ਥੋੜੀ ਡਿਟੇਲਡ ਇਨਫੋਰਮੇਸ਼ਨ ਮੰਗ ਲਈ ਸ਼ੈਡਿਊਲਜ਼ ਦੇ ਰਿਲੇਟਿਡ। ਕੁਐਸ਼ਨ ਹੈ ਸ਼ੈਡਿਊਲਜ਼ ਦੇ ਰਿਲੇਟਿਡ ਸਾਡੇ ਕਨਸਟੀਟਿਊਸ਼ਨ ਦੇ 12 ਸ਼ੈਡਿਊਲ ਨੇ ਤੇ ਸ਼ੈਡਿਊਲਿਆਂ ਦੇ ਰਿਲੇਟਿਡ ਇਹਨਾਂ ਨੇ ਕੁਝ ਇਨਫੋਰਮੇਸ਼ਨ ਮੰਗ ਲਈ। ਦੇਖਦੇ ਹਾਂ ਕੀ ਕਹਿੰਦੇ। पहली थे, चीज़ ही इतने पढ़ लो कि क्या पढ़ना सिर्फ इनकरेक्ट चीज़ फड़नी है करेक्ट चीज़ सूँ नहीं फनी ठीक है आर ट्वेल्थ शड्यूल करेक्ट है फड़नी नहीं ग्यारहवें बारहवें शड्यूल सैवंटी थर्ड से सैवनटी फोर्थ कॉन्सिट्यूशन अमैडमेंट ना आए थे बिल्कुल ठीक है जी ये आंसर नहीं हो होता नाइन शड्यूल वॉज एडिड बाय टू द कॉन्सट्यून बाय द फर्स्ट अमेंडमेंट ये भी स्टेटमेंट क्या है बिल्कुल करैक्ट लास्ट देखते हैं एंटी डिफेक्शन लॉ इज़ इन द टेंथ शड्यूल बिल्कुल करैक्ट है जी ये येंथ शड्यूल है बट वॉज इट बाय फोर्टी सैकेंड अमैडमेंट ना चीज़ गलत है ਇਟ ਵਾਸ ਬਾਈ 52nd ਅਮੈਂਡਮੈਂਟ ਉਹਨਾਂ ਨੇ ਇੱਥੇ ਤੁਹਾਡੇ ਤੋਂ ਪ੍ਰੋਪਰ ਜਾਣਕਾਰੀ ਮੰਗੀ ਹੈ ਰਿਲੇਟਿਡ ਟੂ ਸ਼ੈਡਿਊਲਸ ਸ਼ੈਡਿਊਲਸ ਦੇ ਬਾਰੇ ਇੱਕ ਇੱਕ ਚੀਜ਼ ਤੇ ਐਂਟੀ ਡਿਫੈਕਸ਼ਨ ਲਾਅ ਕਿਹੜੀ ਅਮੈਂਡਮੈਂਟ ਦੇ ਥਰੂ ਆਇਆ ਸੀ ਜੇ ਤੁਹਾਨੂੰ ਉਹ ਚੀਜ਼ ਪਤਾ ਹੈ ਫਿਰ ਇਹ ਕੁਐਸਚਨ ਕੀ ਹੋ ਜਾਂਦਾ ਈਜ਼ੀ ਕਿਉਂਕਿ ਇਸ ਤੇ ਲਿਖਿਆ ਹੋਇਆ 42nd ਅਮੈਂਡਮੈਂਟ ਇਸ ਕਰਕੇ ਇਹ ਸਟੇਟਮੈਂਟ ਕੀ ਹੋ ਜਾਂਦੀ ਹੈ ਸਾਡੀ ਇਨ ਕਰੈਕਟ ਕਲੀਅਰ ਹੈ ਜੀ ਇਟ ਇਜ਼ ਅਗੇਨ ਵਾਟ ਫੈਕਚੁਅਲ ਕੁਐਸਚਨ ਜੇ ਤੁਹਾਨੂੰ ਨੋਲੇਜ ਹੈਗੀ ਇਹ ਸਬਜੈਕਟ ਦੀ ਠੀਕ ਹੈ ਤੁਸੀਂ ਪੜ ਰੱਖਿਆ ਹੈ ਦੈਨ ਇਟ ਇਜ਼ ਵੈਰੀ ਈਜ਼ੀ ਕੁਐਸਚਨ ਟੂ ਅਟੈਂਪਟ ਨੈਕਸਟ ਕੁਐਸਚਨ ਅਗੇਨ ਵਿਚ ਆਫ ਦਾ ਫਾਲੋਇੰਗ ਇਜ਼ ਨਾਟ ਦਾ ਅਸੈਂਸ਼ੀਅਲ ਕੰਡੀਸ਼ਨ ਕਹਿੰਦੇ ਇਹਨਾਂ ਚੋਂ ਕਿਹੜੀ ਕੰਡੀਸ਼ਨ ਅਸੈਂਸ਼ੀਅਲ ਨਹੀਂ ਹੈਗੀ ਫਾਰ ਦਾ ਪੋਲਿਟੀਕਲ ਪਾਰਟੀ ਟੂ ਬੀ ਰੈਕੋਗਨਾਈਜ਼ਡ ਐਜ਼ ਅ ਨੈਸ਼ਨਲ ਪਾਰਟੀ ਜੇ ਤੁਸੀਂ ਕਨਸੈਪਟ ਪੜ ਰੱਖੇ ਨੇ ਕਿ ਅਗਰ ਕੋਈ ਨੈਸ਼ਨਲ ਪਾਰਟੀ ਜਾਂ ਸਟੇਟ ਪਾਰਟੀ ਬਣਨ ਦੇ ਕ੍ਰਾਈਟੇਰੀਆ ਕੀ ਹੁੰਦੇ ਨੇ ਫਿਰ ਇਹ ਕੁਐਸਚਨ ਕੀ ਕਰ ਲੋਗੇ ਤੁਸੀਂ ਈਜ਼ੀਲੀ ਅਟੈਂਪਟ ਕਰ ਲੋਗੇ ਸਿੱਧਾ ਮੈਂ ਦਾ ਆਨਸਰ ਕਰ ਦਿੰਨਾ ਇਹਦਾ ਆਨਸਰ ਕੀ ਹੈ ਡੀ ਆਪਸ਼ਨ ਜਿਹੜਾ ਕਿ ਕੀ ਹੈ ਕੰਡੀਸ਼ਨ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਕੀ ਲਿਖਿਆ ਐਟ ਲੀਸਟ ਟੂ ਸਟੇਟਸ ਜਿਹੜੀ ਸਟੇਟਮੈਂਟ ਕੀ ਹੈ ਗਲਤ ਹੈ ਜਿਹੜੀ ਸਟੇਟਮੈਂਟ ਕੀ ਹੈ गलत है क्लीयर है जी अगेन क्या है साड़ा है फैक्चुअल क्वेश्चन नैक्सट क्वेश्चन कहने पंचायती इलेक्शन हुए थे सपटबर दो हज़ार अठारह विच ऑफ दैम ऑफ द फॉलोइंग स्टेटमेंट्स अबाउट पंचायती राज इंस्टीट्यूशन इज इनकरेक्ट फिर जी लै लो क्वेश्चन कह रहे पंचायती राज से लेके किटमेंट इनकरैक्ट है हूँ थोड़े तो फिर डिटेल नॉलेज मांग रहे हैं किस रिटेड तुम्हें तो पूरा चैप्टर पढ़िया होना चाहिए पंचायती राज बारे कि तुम्हें पता होना चाहिए उस क्या, -क्या होंगे ਮੈਂ ਸਿੱਧਾ ਇਨਕਰੈਕਟ ਸਟੇਟਮੈਂਟ ਦੇ ਆਉਂਗਾ ਮੈਨੂੰ ਇੱਥੇ ਹੀ ਦਿਖ ਗਿਆ ਦੂਰੋਂ ਹੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪੰਚਾਇਤ ਦਾ ਇਲੈਕਸ਼ਨ ਨਹੀਂ ਕਰਾਉਂਦਾ ਸਿੱਧੀ ਗੱਲ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪੰਚਾਇਤ ਦਾ ਇਲੈਕਸ਼ਨ ਨਹੀਂ ਕਰਾਉਂਦਾ ਤੇ ਇਹੀ ਇਹਨਾਂ ਨੇ ਸਟੇਟਮੈਂਟ ਚ ਕਹਿ ਰੱਖਿਆ ਤੇ ਇਹ ਸਟੇਟਮੈਂਟ ਕਿਹਾ ਹੋਗੀ ਗਲਤ ਸਾਡਾ ਆਨਸਰ ਕੀ ਹੋ ਗਿਆ ਬੀ ਆਪਸ਼ਨ ਅਗੇਨ ਫੈਕਚੁਅਲ ਕੁਸ਼ਨ ਜੇ ਤੁਸੀਂ ਡਿਟੇਲਡ ਤਰੀਕੇ ਨਾਲ ਪੜ੍ਹ ਰੱਖਿਆ ਹੈਗਾ ਠੀਕ ਹੈ ਜੀ ਨੈਕਸਟ ਕੁਸ਼ਨ ਹੂ ਇਜ਼ ਅ ਚੇਅਰਮੈਨ ਆਫ ਇੰਟਰ ਸਟੇਟ ਕਾਉਂਸਲ ਸੌਖਾ ਕੁਸ਼ਨ ਹੈ ਜੀ ਸਿੱਧਾ ਟਿਕ ਕਰ ਦਿਓ कौन है जी इंटर स्टेट काउंसिल का प्राइम मिनिस्टर क्लीयर है जी प्राइम मिनिटर होंगे इंटर स्टेट काउंसिल का क्या चेयरमैन क्लीयर अगेन क्वेश्चन है जी फैक्चुअल क्वेश्चन इट इज रिलेटेड टू इंटर स्टेट रिलेशन नैक्सट क्वेश्चन ऑफ द फॉलोइंग इज नॉट अ सफिशियंट ग्राउंड कह रहे हैं कि विच द फॉलोइंग इज नॉट अ सफिशियंट ग्राउंड फॉर कन्वीनिंग अ अंट सिटिंग ज्वाइंट सिटिंग मतलब जिस दोनों हाउसि बैठन के राज्यसभा ठीक है वो किस केस्ट नहीं बह सकते हैं वो किस नहीं बह सकते हैं क्वेश्चन क्या पूछा गया विच इज द फॉलोइंग इज नॉट अ सफिशियंट ग्राउंड किस केसों नहीं बैठ सकते हैं आप सीधा आंसर वाला वैन प्रेजिडेंट हैज़ रिफ्यूज टू गिव असेंट टू द बिल जो उन्हें रिफ्यूज ही करता असेंट देने फिर बिल उ क्या हो जाएगा खत्म हो जाएगा फिर उसके कोई भी जॉइंट सिटिंग कर जरूरत नहीं हैगी इस करके स्टेटमेंट क्या है साइड गलत है दैट इज़ नॉट अ सफिशेंट ग्राउंड क्लीयर है जी सो गाइज़ ऐसे की प्रीवियस ईयर क्वेश्चन पॉलिटी ਦੇ ਮੇਰੇ ਖਿਆਲ ਨਾਲ ਜੇ ਤੁਸੀਂ ਦੇਖੋ ਕੁਐਸਚਨ ਨੂੰ ਧਿਆਨ ਨਾਲ ਪੱਜੇ ਐਨਾਲਿਸਿਸ ਕੀਤੀ ਹੈ ਮੇਰੇ ਸਾਬ ਨਾਲ ਔਖੇ ਨਹੀਂ ਹੈਗੇ ਇੱਕ ਚੀਜ਼ ਤਾਂ ਪੁੱਛਦੇ ਨੇ ਇਨਰ ਸਾਨੂੰ ਉਲਝਾ ਲੈਂਦੇ ਨੇ ਨਾਟ ਕਰੈਕਟ ਜਾਂ ਕਰੈਕਟ ਵਾਲੇ ਚ ਠੀਕ ਹੈ ਦੂਜੀ ਚੀਜ਼ ਜਿਹੜੇ ਬੇਸਿਕ ਚੈਪਟਰ ਨੇ ਉਹ ਜਰੂਰ ਪੜ੍ਹ ਕੇ ਜਾਓ ਪ੍ਰੈਜ਼ੀਡੈਂਟ ਪਾਰਲੀਮੈਂਟ ਯੂਨੀਅਨ ਸੈਂਟਰ ਸਟੇਟ ਇਹ ਸਾਰੀਆਂ ਚੀਜ਼ਾਂ ਪੜ੍ਹ ਕੇ ਜਾਓ ਤਾਂ ਕਿ ਥੋੜਾ ਕੋਈ ਚੀਜ਼ ਰਹਿ ਨਾ ਜਾਵੇ ਕਿਉਂਕਿ ਇਟ ਇਜ਼ ਅ ਸਕੋਰਿੰਗ ਸਬਜੈਕਟ ਸਾਰਾ ਫੈਕਚੁਅਲ ਪੇਪਰ ਆ ਰਿਹਾ ਹੈ ਤੇ ਮੇਰੇ ਖਿਆਲ ਨਾਲ ਨੰਬਰ ਕਿਤੇ ਨਹੀਂ ਜਾਣੇ ਚਾਹੀਦੇ ਜੇ ਆਪਾਂ ਦੇਖ ਲਈਏ ਐਵਰੇਜ 9 ਤੋਂ 10 ਕੁਐਸਚਨ ਪੁੱਛੇ ਜਾ ਰਹੇ ਨੇ ਤਾਂ 20 ਨੰਬਰ ਥੋੜੀ ਸਿੱਧਾ ਡਾਇਰੈਕਟ ਪਾਕਟ ਚ ਨੇ ਠੀਕ ਹੈ ਤੇ ਮੇਰੇ ਖਿਆਲ ਨਾਲ 20 ਨੰਬਰ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਆਪਾਂ ਪੀਸੀਐਸ ਦੀ ਗੱਲ ਕਰ ਰਹੇ ਆਂ ਅਗਰ ਜੀਐਸ ਦੀ ਗੱਲ ਕਰ ਰਹੇ ਆਂ ਇਸ ਕਰਕੇ ਮੈਂ ਕਹਾਂਗਾ ਕਿ ਪਾਲਿਟੀ ਦਾ ਪੇਪਰ ਜਿਹੜਾ ਹੈਗਾ ਬਹੁਤ ਸੌਖਾ ਹੈ ਇਹਨੂੰ ਬਹੁਤ ਚੱਜ ਨਾਲ ਪੜੋ ਜੇ ਚੀਜ਼ ਪੜ ਰਹੇ ਹੋ ਜਿਹੜਾ ਵੀ ਟੌਪਿਕ ਤਿਆਰ ਕਰ ਰਹੇ ਹੋ ਉਹਨੂੰ ਬਹੁਤ ਤਰੀਕੇ ਨਾਲ ਪੜਨ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਅਸੀਂ ਇਸ ਤਰੀਕੇ ਨਾਲ ਬਾਕੀ Thank you.